ਜਿਸ ਮੈਂ ਤੁਹਾਨੂੰ ਦੱਸਿਆ ਸੀ ਕਿ ਇੱਕ ਵਾਰੀ ਫੇਰ ਸਾਡੇ ਨਾਲ ਅੱਜ ਜਿਹੜੇ ਮਨੋਵਿਗਿਆਨਕ ਕਾਉਂਸਲਰ ਨੇ ਪਲਵਿੰਦਰ ਕੌਰ ਗਿੱਲ ਜੀ ਉਹ ਸਟੂਡੀਓਜ਼ ਦੇ ਵਿੱਚ ਹਨ ਅਤੇ ਅੱਜ ਉਹ ਗੱਲਬਾਤ ਕਰਨਗੇ ਕਿ ਇਹਨਾਂ ਛੁੱਟੀਆਂ ਦੇ ਦਿਨਾਂ 'ਚ ਜਸ਼ਨਾਂ ਦੇ ਦਿਨਾਂ ਦੇ ਵਿੱਚ ਕਈ ਲੋਕ ਉਦਾਸ ਕਿਉਂ ਹੋ ਜਾਂਦੇ ਨੇ ਅਤੇ ਫਿਰ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ, ਕੀ ਚੀਜ਼ ਹੈ ਜਿਹੜੀ ਇਹ ਉਦਾਸੀ ਟ੍ਰਿਗਰ ਕਰਦੀ ਹੈ। ਜੀ ਆਇਆਂ ਨੂੰ ਜੀ ਪਲਵਿੰਦਰ ਜੀ ਤੁਹਾਡਾ ਬਹੁਤ ਸਵਾਗਤ ਹੈ। ਥੈਂਕ ਯੂ ਮਿਸਟਰ ਥਿੰਡ। ਸੋ ਇਹ ਦਿਨ ਜਿੱਥੇ ਜਸ਼ਨਾਂ ਦੇ ਰੌਸ਼ਨੀਆਂ ਦੇ ਦਿਨ ਨੇ, ਲੋਕ ਆਪਣੇ ਦੋਸਤਾਂ ਮਿੱਤਰਾਂ ਨੂੰ ਮਿਲਦੇ ਨੇ, ਪਰਿਵਾਰ ਇਕੱਠੇ ਹੁੰਦੇ ਨੇ, ਕੁਛ ਲੋਕ ਆ ਜਿਹੜੇ ਇਕੱਲੇ ਨੇ ਜਾਂ ਕੁਛ ਲੋਕ ਆ ਘਰੋਂ ਦੂਰ ਆਏ ਹੋਏ ਨੇ ਜਿਨ੍ਹਾਂ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦੀ ਬਹੁਤ ਵੱਡੀ ਗਿਣਤੀ ਹੈ ਜਿਹੜੇ ਬੇਸਮੈਂਟਸ ਵਗੈਰਾ 'ਚ ਰਹਿੰਦੇ ਨੇ। ਸੋ ਇਹਨਾਂ ਦਿਨਾਂ 'ਚ ਜਿਹੜਾ ਇਕੱਲ ਹੈ, ਕਈਆਂ ਨੂੰ ਵੱਡ ਵੱਡ ਖਾਣ ਲੱਗ ਪੈਂਦਾ, ਕੀ ਕੀਤਾ ਜਾਣਾ ਚਾਹੀਦਾ ਇਹ ਉਦਾਸੀ ਤੋਂ ਬਚਣ ਲਈ, ਕੀ ਟਿਪਸ ਨੇ ਤੁਹਾਡੀਆਂ? ਹਾਂਜੀ ਮਿਸਟਰ ਤਿੰਨ, ਪਹਿਲਾਂ ਤਾਂ ਤੁਹਾਨੂੰ ਇਹ ਚੀਜ਼ ਸਮਝਣੀ ਪਊਗੀ ਕਿ ਦੇਖੋ ਇੱਕ ਉਦਾਸੀ ਹੁੰਦੀ ਆ, ਇੱਕ ਡਿਪਰੈਸ਼ਨ ਹੁੰਦਾ ਵਾ। ਐਂਡ ਮੈਂ ਪਹਿਲਾਂ ਹੀ ਸਟਾਰਟ ਕਰਨ ਤੋਂ ਕਹਿਣਾ ਚਾਹੂੰਗੀ ਕਿ ਜੇ ਤੁਹਾਡੀ ਵੀ ਕੋਈ ਵੀ ਤਰ੍ਹਾਂ ਦੀ ਮਾਨਸਿਕ ਸਿਹਤ ਦੀ ਕੋਈ ਤੁਹਾਨੂੰ ਪ੍ਰੋਬਲਮ ਆ, ਤੁਸੀਂ ਇਸ ਪਲੈਟਫਾਰਮ ਨੂੰ ਇੱਕ ਅਸੈਸਮੈਂਟ ਨਾ ਸਮਝਿਓ ਐਂਡ ਆਪਣੀ ਜਾ ਕੇ ਜਾਂ ਡਾਕਟਰ ਕੋਲ ਜਾਂ ਆਪਣੇ ਕਾਉਂਸਲਰ ਕੋਲ ਆਪਣੀ ਪ੍ਰੋਪਰ ਅਸੈਸਮੈਂਟ ਕਰਾਇਓ। ਸੋ ਅਸੀਂ ਜਿਹੜੀਆਂ ਅਸੀਂ ਗੱਲਾਂ ਕਰਦੇ ਹਾਂ ਉਹ ਇੱਕ ਨੋਰਮਲਾਈਜ਼ ਤਰੀਕੇ ਨਾਲ ਪੈਸੀਫਿਕ ਕੇਸ ਦੀ ਨਹੀਂ ਗੱਲ ਕਰਦੇ ਗੇ। ਸੋ ਤੁਹਾਨੂੰ ਪੈਸੀਫਿਕ ਤਰ੍ਹਾਂ ਦੀ ਵੀ ਹੈਲਪ ਚਾਹੀਦੀ ਹੋ ਸਕਦੀ ਹੈ। ਸੋ ਪਹਿਲਾਂ ਤਾਂ ਤੁਸੀਂ ਆਪਣੇ ਆਪ ਲਈ ਉਹ ਹੈਲਪ ਰੀਚ ਆਊਟ ਕਰਿਓ। ਉਦਾਸੀ ਅਤੇ ਮਿਸਟਰ ਤਿੰਨ ਜਿਹੜਾ ਇੱਕ ਡਿਪਰੈਸ਼ਨ ਆ, ਉਹ ਇੱਕ ਡਿਪਰੈਸ਼ਨ ਇੱਕ ਇਮੋਸ਼ਨਲ ਸਟੇਟ ਆ ਅਤੇ ਜਿਹੜੀ ਉਦਾਸੀ ਆ ਉਹ ਆਉਂਦੀ ਜਾਂਦੀ ਥਾਵਾਂ। ਜਿਵੇਂ ਉਦਾਸ ਅਸੀਂ ਸਾਰੇ ਹੁੰਦੇ ਹਾਂ, ਉਦਾਸੀ ਯੂਨੋ ਉਹਨਾਂ ਨੇ ਸਾਈਕੋਲੋਜੀ ਦੇ ਹਿਸਾਬ ਨਾਲ ਉਹਨਾਂ ਨੇ ਲਹਿਰ ਵੀ ਕਿਹਾ, ਜਿਵੇਂ ਲਹਿਰ ਉੱਪਰ ਜਾਂਦੀ ਹੈ ਅਤੇ ਫਿਰ ਲਹਿਰ ਥੱਲੇ ਆ ਜਾਂਦੀ ਆ। ਸੋ ਉਦਾਸੀ ਦਾ ਆਪਣੀ ਜ਼ਿੰਦਗੀ ਦੇ ਵਿੱਚ ਰਹੀਆਂ ਵੀ ਆ, ਆਉਣਗੀਆਂ ਵੀ ਹੈ ਨਾ। ਸੋ ਸ਼ੋਰਟ ਟਰਮ ਆ, ਇੱਕ ਨੋਰਮਲ ਹਿਊਮਨ ਇਮੋਸ਼ਨ ਆ। ਫੋਰ ਐਗਜ਼ਾਮਪਲ ਯੂਨੋ ਜੇ ਲੈਸੇ ਕੋਈ ਕ੍ਰਿਸਮਿਸ ਦੇ ਟਾਈਮ 'ਤੇ ਤੁਹਾਡਾ ਰਿਸ਼ਤਾ ਟੁੱਟਿਆ ਜਾਂ ਕਿਸੇ ਦੀ ਡੈਥ ਹੋਈ ਜਾਂ ਹੋ ਸਕਦਾ ਟਾਈਮ ਤੁਹਾਨੂੰ ਉਹ ਚੀਜ਼ਾਂ ਉਹ ਜ਼ਖਮ ਯਾਦ ਕਰਵਾ ਦੇਵੇ ਹੈ ਨਾ। ਸੋ ਜੇ ਤਾਂ ਉਹ ਤੁਹਾਡੀ ਉਦਾਸੀ ਆਉਂਦੀ ਆ ਅਤੇ ਖਤਮ ਹੋ ਜਾਂਦੀ ਆ, ਯੂਨੋ ਉਹਦਾ ਇੱਕ ਇੱਕ ਭਾਵਨਾ ਤੁਸੀਂ ਮਹਿਸੂਸ ਕਰਦੇ ਹੋ ਅਤੇ ਮਹਿਸੂਸ ਕਰਕੇ ਤੁਸੀਂ ਠੀਕ ਹੋ ਜਾਂਦੇ ਹੋ, ਫਿਰ ਤਾਂ ਆਈ ਥਿੰਕ ਇਹ ਉਦਾਸੀ ਇੱਕ ਤੁਸੀਂ ਰਿਸ਼ਤਾ ਜਾਂ ਕਨੈਕਸ਼ਨ ਜਾਂ ਆਪਦੇ ਆਪ ਨੂੰ ਐਕਸਪ੍ਰੈਸ ਕਰਕੇ ਠੀਕ ਰਹਿ ਸਕਦੇ ਹੋ। ਜੇ ਇੱਕ ਡਿਪਰੈਸ਼ਨ ਆ, ਜੇ ਇੱਕ ਇਮੋਸ਼ਨਲ ਸਟੇਟ ਬਣ ਚੁੱਕੀ ਆ, ਜਿਹਦਾ ਮਤਲਬ ਹੈ ਕਿ ਇਹ ਜਾ ਨਹੀਂ ਰਹੀ ਤੁਹਾਡੇ ਤੋਂ ਅਤੇ ਇਹ ਸਦਾ ਲਈ ਤੁਹਾਡੇ ਵਿੱਚ ਰਹਿ ਰਹੀ ਆ, ਐਂਡ ਹੋ ਸਕਦਾ ਗਾ ਕਿ ਇੱਕ ਪਰਟੀਕੁਲਰ ਟਾਈਮ 'ਤੇ ਉਹ ਜ਼ਿਆਦਾ, ਜਿਵੇਂ ਤੁਸੀਂ ਉਹਨੂੰ ਜ਼ਖਮ ਦੇ ਤਰੀਕੇ ਨਾਲ ਕਹਿ ਸਕਦੇ ਹੋ ਮਿਸਟਰ ਥਿੰਡ, 12 ਮਹੀਨੇ ਵੀ ਤੁਹਾਡੇ ਜ਼ਖਮ ਆ ਉਹ ਰਿਸ ਰਿਹਾ ਵਾ, ਪਰ ਯੂਨੋ 12ਵੇਂ ਮਹੀਨੇ ਕੋਈ ਕੀ ਕਰਦਾ, ਉਹਨੂੰ ਹੱਥ ਲਾਉਣਾ ਲੱਗ ਜਾਂਦਾ, ਹੁਣ ਹੱਥ ਲਾਉਣ ਨਾਲ ਉਹ ਦੁਖੂਗਾ, ਰਾਈਟ? ਸੋ ਹੋ ਸਕਦਾ ਕਈ ਤਰ੍ਹਾਂ ਦੇ ਟ੍ਰਿਗਰ ਜਿਹੜੇ ਆਪਾਂ ਨੂੰ ਹੁੰਦੇ ਆ, ਪਰ ਜੇ ਤੁਸੀਂ ਇਸ ਡਿਪਰੈਸ਼ਨ ਦੇ ਵਿੱਚ ਤੁਹਾਨੂੰ ਮਹਿਸੂਸ ਕਰ ਰਹੇ ਹਾਂ, ਜਿਹਦੇ ਇਹ ਸਾਈਨ ਹੋ ਸਕਦੇ ਆ ਕਿ ਇਹ ਨਹੀਂ ਹੈਗਾ ਕਿ ਕੋਈ ਬਾਹਰ ਕੋਈ ਚੀਜ਼ ਵੱਡੀ ਹੋ ਰਹੀ ਆ, ਇਹਦਾ ਕੋਈ ਉਹਦੇ ਨਾਲ ਡਿਪਰੈਸ਼ਨ ਨਾਲ ਨਹੀਂ ਹੁੰਦਾ ਕਿ ਕੋਈ ਬਾਹਰ ਵੱਡੀ ਚੀਜ਼ ਹੋਵੇ ਅਤੇ ਤਾਂ ਤੁਹਾਨੂੰ ਅੰਦਰ ਕੋਈ ਦੁੱਖ ਮਹਿਸੂਸ ਹੋਵੇ। ਬਾਹਰ ਦਾ ਕੁਛ ਨਹੀਂ, ਸਿਰਫ ਤੁਹਾਡੀ ਮਾਨਸਿਕ ਸਥਿਤੀ ਅਤੇ ਤੁਹਾਡੀ ਮਾਨਸਿਕ ਅਵਸਥਾ ਕਿਹੋ ਜਿਹੀ ਬਣ ਜਾਂਦੀ ਆ। ਕੀ ਇਕੱਲਾਪਣ ਟ੍ਰਿਗਰ ਕਰ ਦਿੰਦਾ ਉਦਾਸੀ? ਜੀ ਹਾਂ, ਇਕੱਲਾਪਣ, ਦੇਖੋ ਤੁਸੀਂ ਜਦੋਂ ਤੁਸੀਂ ਉਦਾਸ ਹੋ ਅਤੇ ਤੁਸੀਂ ਇਕੱਲੇ ਹੋ ਅਤੇ ਬਹੁਤ ਵੱਡਾ ਦੁੱਖ ਆ, ਅਤੇ ਜਦੋਂ ਤੁਸੀਂ ਉਦਾਸ ਹੋ ਅਤੇ ਅਸੀਂ ਤੁਹਾਡਾ ਮਿੱਤਰ ਲਿਆ ਤਾ ਅਤੇ ਹੁਣ ਦੁੱਖ ਥੋੜ੍ਹਾ ਹੋ ਗਿਆ, ਅਸੀਂ ਥੋੜ੍ਹੀ ਉਦਾਸੀ ਤਾਂ ਨਹੀਂ ਨਾ ਦਿੱਤੀ ਲੈ ਕੇ ਗਏ, ਅਸੀਂ ਸਿਰਫ ਉਸ ਇਨਵਾਇਰਮੈਂਟ ਦੇ ਵਿੱਚ ਇੱਕ ਮਿੱਤਰ ਪਾਤਾ ਤੁਹਾਡੇ, ਹੈ ਨਾ। ਸੋ ਰਿਸ਼ਤਿਆਂ ਦੇ ਨਾਲ ਸਾਡੇ ਜਿਹੜੇ ਜ਼ਖਮ ਆ, ਜਿਹੜੇ ਸਾਡੇ ਮਾਨਸਿਕ ਜ਼ਖਮ ਆ, ਠੀਕ ਹੁੰਦੇ ਆ। ਪਰ ਮੈਂ ਇਹ ਨਹੀਂ ਤੁਹਾਨੂੰ ਕਹੂੰਗੀ ਕਿ ਕਨਫਿਊਜ਼ ਕਰਿਓ ਡਿਪਰੈਸ਼ਨ ਨੂੰ ਇੱਕ ਇੱਕ ਸੈਡਨੈਸ ਨਾਲ, ਜਿਹੜੀ ਇੱਕ ਹਿਊਮਨ ਇਮੋਸ਼ਨ ਆ, ਐਂਡ ਡਿਪਰੈਸ਼ਨ ਕੀ ਜਿਹੜੀ ਇੱਕ ਮਾਨਸਿਕ ਅਵਸਥਾ ਵਾ। ਜ਼ਰੂਰੀ ਨਹੀਂ, ਅੱਜ ਕੱਲ੍ਹ ਮਿਸਟਰ ਤਿੰਡ ਇਹ ਹੋ ਗਿਆ ਗਾ ਕਿ ਸਾਡੇ ਆਲੇ ਦੁਆਲੇ ਬਹੁਤ ਤਰ੍ਹਾਂ ਦੇ ਖਾਣੇ ਪਏ ਨੇ, ਵੱਖਰੇ ਵੱਖਰੇ ਤਰ੍ਹਾਂ ਦੇ ਖਾਣੇ ਪਏ ਨੇ, ਅਤੇ ਜਿਹੜਾ ਇਨਸਾਨ ਉਹਨਾਂ ਕੋਲ ਬੈਠਾ ਤਾਂ ਉਹ ਖਾ ਨਹੀਂ ਰਿਹਾ, ਅਤੇ ਦੇਖਣ ਵਾਲਾ ਕਹਿੰਦਾ ਤੇਰਾ ਦਿਮਾਗ ਕੀ ਖਰਾਬ ਆ, ਹਰ ਤਰ੍ਹਾਂ ਦੀ ਚੀਜ਼ਾਂ ਤਾਂ ਤੇਰੇ ਕੋਲ ਆ, ਤੂੰ ਖੁਸ਼ ਕਿਉਂ ਨਹੀਂ ਗਾ, ਤੂੰ ਖਾ ਕਿਉਂ ਨਹੀਂ ਰਿਹਾ, ਇਹ ਤਾਂ ਖਾਣਾ। ਪਰ ਤੁਸੀਂ ਦੇਖੋ ਵੀ ਉਹੀ ਇਨਸਾਨ ਨਹੀਂ ਨਾ ਖਾਊਗਾ ਜਿਹੜਾ ਅੰਦਰੋਂ ਬਿਮਾਰ ਹੋ, ਜਿਹੜਾ ਅੰਦਰੋਂ ਆਪਦੇ ਮਨ ਦੇ ਲੈਵਲ 'ਤੇ ਬਿਮਾਰ ਆ, ਉਹੀ ਚੀਜ਼ਾਂ ਨਹੀਂ ਨਾ ਖਾ ਸਕੂਗਾ, ਰਾਈਟ? ਸੋ ਕਈ ਵਾਰ ਆਪਾਂ ਕਿਸੇ ਨੂੰ ਉਦਾਸੀ ਆ ਜਾਂ ਕੋਈ ਡਿਪਰੈਸ਼ਨ 'ਚ ਆਪਾਂ ਨੂੰ ਕਹਿੰਦੇ ਦੇਖ ਤੇਰੇ ਕੋਲ ਘਰ ਵੀ ਆ, ਤੇਰੇ ਕੋਲ ਕਾਰ ਵੀ ਆ, ਤੇਰੇ ਕੋਲ ਜੌਬ ਵੀ ਆ, ਤੇਰੇ ਕੋਲ ਰਿਸ਼ਤਾ ਵੀ ਆ, ਫਿਰ ਤੈਨੂੰ ਕਾਹਦੀ ਉਦਾਸੀ, ਫਿਰ ਤੈਨੂੰ ਕਾਹਦਾ ਡਿਪਰੈਸ਼ਨ? ਪਰ ਇਹ ਚੀਜ਼ਾਂ ਉਹਨਾਂ ਦੇ ਹੁੰਦਿਆਂ ਵੀ ਤੁਹਾਨੂੰ ਹੋ ਸਕਦੀਆਂ। ਹੁਣ ਜਦੋਂ ਜਿਹੜੇ ਲੋਕ ਉਦਾਸ ਹੋ ਜਾਂਦੇ ਨੇ, ਜੇ ਉਹਨਾਂ ਨੂੰ ਉਸ ਇਨਵਾਇਰਮੈਂਟ 'ਚੋਂ ਰਿਮੂਵ ਕਰ ਦਿੱਤਾ ਜਾਏ ਜਿੱਥੇ ਉਹਨਾਂ ਨੂੰ ਉਦਾਸੀ ਹੁੰਦੀ ਹੈ, ਤਾਂ ਉਹ ਖੁਸ਼ੀ 'ਚ ਬਦਲ ਜਾਏਗੀ ਜੇ ਉਹਨਾਂ ਨੂੰ ਡਿਪਰੈਸ ਨਹੀਂ ਹੈਗੇ? ਮਿਸਟਰ ਤਿੰਡ, ਜੋ ਲਹਿਰ 'ਚ ਨੇ ਜਿਵੇਂ ਤੁਸੀਂ ਕਹਿੰਦੇ ਹੋ, ਲਹਿਰ ਦੇ ਵਿੱਚ ਤੁਹਾਨੂੰ ਮੈਂ ਜਿਵੇਂ ਕਿਹਾ ਗਾ ਕਿ ਦੇਖੋ ਇੱਕ ਇਹਨੂੰ ਉਦਾਸੀ ਨੂੰ ਤੁਸੀਂ ਕਿਵੇਂ ਦੇ ਸਕਦੇ ਹੋ ਕਿ ਇੱਕ ਜਿੰਦਾ ਲੱਗਿਆ ਹੋਇਆ ਇੱਕ ਲੋਕ ਆ, ਅਤੇ ਉਹਦੀ ਚਾਬੀ ਤੁਸੀਂ ਪਹਿਲਾਂ ਲਾਉਣ ਦੀ ਕੋਸ਼ਿਸ਼ ਕੀਤੀ ਅਤੇ ਉਹ ਚਾਬੀ ਹੁਣ ਉਹਦੀ ਬਦਲ ਗਈ ਆ, ਅਤੇ ਤੁਸੀਂ 10-15 ਮਿੰਟ ਬਹੁਤ ਫਰਸਟ੍ਰੇਸ਼ਨ ਦਿਖਾਈ
ਫਿਰ ਤੁਸੀਂ ਓਪਰਚੁਨਿਟੀਆਂ ਲੱਭੀਆਂ ਕਿ ਮੈਂ ਸ਼ਾਇਦ ਇਹਦੀ ਚਾਬੀ ਬਦਲ ਕੇ ਦੇਖਾਂ ਅਤੇ ਚੱਲ ਜਾਏ, ਅਤੇ ਫਿਰ ਤੁਸੀਂ ਚਾਬੀਆਂ ਦੋ ਤਿੰਨ ਲਿਆਂਦੀਆਂ, ਫਰਸਟ੍ਰੇਟਡ ਹੋਏ, ਉਹ ਵੀ ਨਹੀਂ ਚੱਲੀਆਂ, ਫਿਰ ਚੌਥੀ ਪੰਜਵੀਂ ਚਾਬੀ ਚੱਲ ਗਈ ਤਾਂ ਤੁਸੀਂ ਠੀਕ ਹੋ ਗਏ, ਆਹ ਉਦਾਸੀ ਆ। ਕਿਉਂਕਿ ਤੁਸੀਂ ਉਦਾਸ ਹੋਏ, ਤੁਸੀਂ ਫਰਸਟ੍ਰੇਟਡ ਹੋਏ, ਤੁਸੀਂ ਉਹਦੀਆਂ ਓਪਰਚੁਨਿਟੀ ਲੱਭੀਆਂ ਵੀ ਹੋਰ ਤਰੀਕੇ ਨਾਲ ਮੇਰੀ ਜ਼ਿੰਦਗੀ ਕਿਵੇਂ ਫੰਕਸ਼ਨਲ ਬਣ ਸਕਦੀ ਹੁਣ, ਫਿਰ ਤੁਸੀਂ ਨਵੀਂ ਚਾਬੀ ਲਾ ਕੇ ਜਿੰਦਾ ਫਿਰ ਚੱਲਣ ਲੱਗ ਗਿਆ, ਰਾਈਟ। ਡਿਪਰੈਸ਼ਨ ਜਿਹੜੀ ਪਰਮਾਨੈਂਟ ਡਿਪਰੈਸ਼ਨ ਜਾਂ ਉਦਾਸੀ ਉਹ ਆ ਕਿ ਤੁਸੀਂ ਉਸ ਚਾਬੀ 'ਤੇ ਹੀ ਫਸੇ ਹੋਏ ਆ, ਤੁਸੀਂ ਦੂਸਰੀ ਚਾਬੀ ਨੂੰ ਲੱਭਣਾ ਹੀ ਨਹੀਂ, ਕਿਉਂਕਿ ਤੁਹਾਨੂੰ ਇਹ ਕਿ ਇਹੀ ਚਾਬੀ ਖੋਲੂ ਜਿੰਦਾ, ਰਾਈਟ। ਸੋ ਉਹ ਜਿਹੜਾ ਮਾਨਸਿਕ ਸਿਹਤ ਆ ਉੱਥੇ, ਅਤੇ ਉਹ ਜਿੱਦਾਂ ਦੇ ਚਾਬੀ ਤੁਸੀਂ ਕਿਤੇ ਵੀ ਲੈ ਜਾਓਗੇ, ਸਟਰਗਲ ਤੁਸੀਂ ਉੱਥੇ ਵੀ ਉਵੇਂ ਕਰੋਗੇ, ਰਾਈਟ। ਸੋ ਜਿਹੜੀ ਇੱਕ ਡਿਪਰੈਸ਼ਨ ਉਦਾਸੀ, ਇਹ ਇੱਕ ਮਾਨਸਿਕ ਅਵਸਥਾ, ਬਾਹਰਲੀ ਅਵਸਥਾ ਨਹੀਂ ਹੈਗੀ ਕਿ ਹੁਣ ਤੁਸੀਂ ਯੂਨੋ ਇਕੱਲੇ ਹੋ, ਤੁਸੀਂ ਲੋਨਲੀ ਹੋ, ਡਿਪਰੈਸਡ ਹਾਂ, ਅਸੀਂ ਸੋਚਦੇ ਤੁਹਾਨੂੰ ਪੈਰਿਸ ਭੇਜ ਦਈਏ, ਉੱਥੇ ਠੀਕ ਹੋ ਜਾਓ। ਟੈਂਪਰੇਰੀ ਸ਼ਾਇਦ ਤੁਹਾਨੂੰ ਲੱਗੇ ਕਿ ਥੋੜ੍ਹਾ ਵੱਖਰਾ, ਤੁਹਾਡਾ ਮਨ ਕਵੇ ਕਿ ਵੱਖਰੇ ਥਾਂ 'ਤੇ ਜਾ ਰਿਹਾ ਅਤੇ ਮੈਂ ਬਦਲ ਚੁੱਕਾ ਵੱਖਰਾ। ਹੁਣ ਆਪਣਾ ਅੱਧਾ ਸ਼ਹਿਰ ਜਿਹੜਾ ਉਹ ਧੁੱਪ ਵਾਲੇ ਸ਼ਹਿਰਾਂ 'ਚ ਨੂੰ ਗਿਆ ਹੋਇਆ, ਕੋਈ ਐਰੀਜ਼ੋਨਾ, ਮੈਕਸੀਕੋ, ਕਿਊਬਾ, ਗੱਲ ਕੀ ਜਿੱਥੇ ਕਿਤੇ ਵੀ ਸੂਰਜ ਚਮਕਦਾ ਉੱਥੇ ਗਿਆ ਹੋਇਆ, ਔਰ ਉਹਨਾਂ ਦਾ ਭਰਮ ਨਹੀਂ, ਉਹਨਾਂ ਨੂੰ ਪੱਕਾ ਯਕੀਨ ਆ, ਕਿਉਂਕਿ ਬਾਰ ਬਾਰ ਹਰ ਸਾਲ ਜਾ ਰਹੇ ਆ ਕਿ ਜਿੱਥੇ ਵੀ ਸੂਰਜ ਚਮਕੇਗਾ ਮੇਰੀ ਉਦਾਸੀ, ਮੇਰਾ ਗਮ ਦੂਰ ਹੋ ਜਾਏਗਾ ਅਤੇ ਖੁਸ਼ੀਆਂ ਹੋ ਜਾਣਗੀਆਂ, ਔਰ ਹੋ ਵੀ ਰਹੀਆਂ ਨੇ। ਫਿਰ ਇਹਦਾ ਮਤਲਬ ਜਿਹੜੇ ਬੱਦਲ ਨੇ ਜਾਂ ਸੂਰਜ ਦੀ ਗੈਰ ਹਾਜ਼ਰੀ ਆ ਜਾਂ ਇਕੱਲਤਾ, ਇਹੀ ਉਦਾਸੀ ਪੈਦਾ ਕਰਦੀ ਹੈ। ਦੇਖੋ ਮਿਸਟਰ ਥਿੰਦ, ਉਹਦੇ ਕਾਫੀ ਫੈਕਟਰਸ ਹੋ ਰਹੇ ਉਹਨਾਂ ਲੋਕਾਂ ਦੀ ਜ਼ਿੰਦਗੀ ਵੱਲ ਤੁਹਾਨੂੰ ਦੇਖਣਾ। ਦੇਖੋ ਧੁੱਪ ਦੇ ਵਿੱਚ ਲੋਕ ਬਾਹਰ ਜਾਂਦੇ ਆ, ਮਿਲਦੇ ਆ, ਇੱਕ ਦੂਜੇ ਨੂੰ ਬਹੁਤ ਮਿਲਦੇ ਆ, ਰਿਸ਼ਤੇ ਕਾਇਮ ਹੁੰਦੇ ਆ, ਤੁਸੀਂ ਬਾਹਰ ਆਪਣੀਆਂ ਪਰਿਵਾਰਾਂ ਨੂੰ ਲੈ ਕੇ ਜਾ ਰਹੇ ਆ, ਸਮਝਦੇ ਹੋ। ਸੋ ਹੈ ਤਾਂ ਉਹ ਇੱਕ ਵੈਦਰ, ਪਰ ਉਹਦੇ ਵਿੱਚ ਤੁਸੀਂ ਹੋਰ ਵੀ ਤਾਂ ਬਹੁਤ ਚੀਜ਼ਾਂ ਐਡ ਕੀਤੀਆਂ ਨਾ, ਰਾਈਟ। ਹੁਣ ਇੱਕ ਬਾਹਰ ਧੁੱਪਾ ਅਤੇ ਤੁਸੀਂ ਅੰਦਰ ਹੀ ਬੈਠੇ ਆ ਅਤੇ ਕੱਲ੍ਹ ਪਣ ਦੇ ਵਿੱਚ ਬੈਠੇ, ਅਤੇ ਉਹ ਇਕੱਲਾ ਤੁਹਾਨੂੰ ਮਦਦ ਨਹੀਂ ਕਰ ਸਕਦਾ ਗਾ, ਰਾਈਟ। ਸੋ ਉਹ ਆਪਦੇ ਧੁੱਪ ਵਾਲੇ ਟਾਈਮ ਨਾਲ ਕਰ ਵੀ ਕੀ ਰਹੇ ਆ ਕਿ ਜਿਹੜਾ ਉਹਨਾਂ ਦੀ ਜ਼ਿੰਦਗੀਆਂ ਦੇ ਵਿੱਚ ਅਸਰ ਪੈ ਰਿਹਾ ਉਹਨਾਂ ਦਾ। ਇਹ ਜ਼ਰੂਰੀ ਹੈ ਜੀ ਵੀ ਤੁਸੀਂ ਕਰਦੇ ਕੀ ਉਸ ਸਮੇਂ ਦੇ। ਆਈ ਥਿੰਕ ਨੋਰਮਲੀ ਜਦੋਂ ਆਪਾਂ ਸਮਰ ਹੁੰਦੀ ਆ, ਜਿਵੇਂ ਆਪਾਂ ਵੀ ਆਪਦੀ ਲਾਈਫ ਦੇ ਉੱਤੇ ਦੇਖੀਏ, ਤਾਂ ਆਪਾਂ ਬਾਹਰ ਜ਼ਿਆਦਾ ਜਾਂਦੇ ਹਾਂ, ਲੋਕਾਂ ਨੂੰ ਜ਼ਿਆਦਾ ਮਿਲਦੇ ਕਰਦੇ ਹਾਂ, ਯੂਨੋ ਜੇ 9 ਵਜੇ ਤੱਕ ਦਿਨ ਖੜਾ ਅਤੇ ਆਪਾਂ ਡਿਨਰ ਵੀ ਲੇਟ ਤੱਕ ਜਾ ਆਉਂਦੇ ਹਾਂ, ਦੋਸਤ ਮਿੱਤਰਾਂ ਨੂੰ ਘਰੇ ਵੀ ਬੁਲਾ ਲਈਦਾ, ਅਤੇ ਜਦੋਂ ਛੋਟੇ ਛੋਟੇ ਦਿਨ ਹੁੰਦੇ ਤਾਂ ਸਾਨੂੰ ਥੋੜ੍ਹਾ ਯੂਨੋ ਸਕੈਜੂਲ ਟਾਈਟ ਹੁੰਦਾ ਅਤੇ ਕਈ ਦਾ ਜਲਦੀ ਜਲਦੀ ਕੰਮ ਥੋੜ੍ਹਾ ਹੋ ਜਾਂਦਾ ਵਾ ਇਨਵਾਇਰਮੈਂਟ ਦਾ, ਪਰ ਉਸ ਇਨਵਾਇਰਮੈਂਟ ਦੇ ਵਿੱਚ ਤੁਸੀਂ ਕਰਦੇ ਕੀ ਆ, ਜੇ ਤਾਂ ਉਸ ਇਨਵਾਇਰਮੈਂਟ ਦੇ ਨਾਲ ਤੁਹਾਡਾ ਲਾਈਫ ਸਟਾਈਲ ਵੀ ਬਦਲਿਆ, ਤੁਹਾਡਾ ਅਪਰੋਚ ਵੀ ਬਦਲਿਆ, ਫਿਰ ਤਾਂ ਜ਼ਰੂਰ ਉਹ ਤੁਹਾਨੂੰ ਇੱਕ 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 ਚੰਗਾ ਤੁਹਾਡੇ 'ਤੇ ਚੇਂਜ ਛੱਡ ਕੇ ਜਾਊਗਾ। ਇੱਕ ਤਾਂ ਹੈਗਾ ਪਲਵਿੰਦਰ ਬਈ, ਕਈ ਲੋਕ ਜਿਹੜੇ ਇਕੱਲੇ ਆ, ਉਹਨਾਂ ਦੇ ਪਰਿਵਾਰ ਉਹਨਾਂ ਤੋਂ ਦੂਰ ਆ, ਜਾਂ ਉਹਨਾਂ ਦਾ ਕੋਈ ਰਿਸ਼ਤਾ ਟੁੱਟ ਗਿਆ, ਦੇ ਆਰ ਮੋਰਨਿੰਗ ਦੀ ਡੈਥ ਆਫ ਦੀ ਰਿਲੇਸ਼ਨਸ਼ਿਪ, ਜਾਂ ਕਈ ਇਸ ਤਰ੍ਹਾਂ ਦੇ ਕਾਰਨ ਨੇ। ਕਈ ਜਿਹੜੇ ਲੋਕ ਆ ਉਹਨਾਂ ਕੋਲ ਉਹਨਾਂ ਦੇ ਸਾਥੀ ਵੀ ਕਾਫੀ ਨੇ, ਔਰ ਉਹ ਪਾਰਟੀਆਂ ਵਗੈਰਾ 'ਚ ਵੀ ਜਾਂਦੇ ਨੇ, ਇਹਨਾਂ ਦਿਨਾਂ ਦੇ ਵਿੱਚ ਬੜੀਆਂ ਅਨੇਕਾਂ ਹੀ ਪਾਰਟੀਆਂ ਹੋਣੀਆਂ, ਪਰ ਜਿਹੜਾ ਉਹ ਤੁਹਾਡਾ ਇੱਕ ਕੋਨਸੈਪਟ ਆ ਕਿ ਭੀੜ ਦੇ ਵਿੱਚ ਵੀ ਕਈ ਮਨੁੱਖ ਇਕੱਲੇ ਮਹਿਸੂਸ ਕਰਦੇ ਆ, ਭੀੜ ਦੇ ਵਿੱਚ ਇਕੱਲਾ ਮਹਿਸੂਸ ਕਰਨ ਵਾਲੇ ਕਿਹੜੇ ਕਾਰਨ ਨੇ? ਉਹ ਜੇ ਇਹ ਸਾਰਾ ਚਹਿਲ ਪਹਿਲ ਆ, ਤੁਹਾਡੇ ਆਲੇ ਦੁਆਲੇ ਲੋਕ ਨੇ, ਤੁਹਾਡੇ ਦੋਸਤ ਮਿੱਤਰ ਨੇ, ਪਰਿਵਾਰ ਦੇ ਮੈਂਬਰ ਨੇ, ਭੀੜ ਦੇ ਵਿੱਚ ਇਕੱਲਾ ਰਹਿਣਾ ਕੋਈ ਬਿਮਾਰੀ ਹੈ? ਮਿਸਟਰ ਥਿੰਦ, ਦੇਖੋ ਜਿਹੜੇ ਕਲਚਰ ਦੇ ਵਿੱਚ ਆਪਾਂ ਰਹਿ ਰਹੇ ਨਾ, ਆਪਣੀ ਜਿਹੜੀ ਹਿਊਮਨ ਸਪੀਸੀਜ਼ ਆ, ਉਹ ਕਹਿੰਦੇ ਰੀਸਰਚ ਦੇ ਹਿਸਾਬ ਨਾਲ ਆਪਾਂ ਕਾਮਯਾਬ ਕਿਉਂ ਹੋਏ ਹਾਂ, ਕਿਉਂਕਿ ਅਸੀਂ ਗਰੁੱਪ 'ਚ ਰਹੇ ਹਾਂ, ਇੱਕ ਇਨਸਾਨ ਨੇ ਦੂਜੇ ਇਨਸਾਨਾਂ ਦੀ ਮਦਦ ਕੀਤੀ ਆ, ਇੱਦਾਂ ਹੀ ਆਪਾਂ ਗਾਂਹ ਵਧੇ। ਤੁਸੀਂ ਦੇਖੋ ਜੰਗਲ 'ਚ ਜੇ ਇੱਕ ਜਾਨਵਰ ਸੀ ਤਾਂ 4 ਜਣੇ ਉਹਦਾ ਮੁਕਾਬਲਾ ਕਰਦੇ ਸੀ, ਤਾਂ ਆਪਾਂ ਇੱਥੋਂ ਤੱਕ ਪੱਥਰ ਯੁੱਗ ਤੋਂ ਲੈ ਕੇ ਹੁਣ ਤੱਕ ਅਸੀਂ ਇੱਕ ਇਨਸਾਨ ਨੇ ਇੱਕ ਗਰੁੱਪ ਦੇ ਵਿੱਚ ਰਹਿ ਕੇ ਸਰਵਾਈਵ ਕੀਤਾ, ਔਰ ਆਪਣੇ ਤਜਰਬੇ ਦੂਸਰੇ ਗਰੁੱਪ ਨੂੰ ਦੱਸਦੇ ਰਹੇ ਨੇ, ਐਂਡ ਇੱਦਾਂ ਹੀ ਆਪਣੀ ਜਿਹੜੀ ਹਿਊਮਨ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ, ਅਤੇ ਇੱਦਾਂ ਹੀ ਆਪਾਂ ਕਾਮਯਾਬ ਹੁੰਦੇ ਰਹੇ, ਇੱਦਾਂ ਹੀ ਆਪਾਂ ਚੀਜ਼ਾਂ ਨੂੰ ਕੀਤੀਆਂ। ਪਰ ਅੱਜ ਦੇ ਕਲਚਰ 'ਚ ਤੁਸੀਂ ਦੇਖੋ ਕਿ ਅਸੀਂ ਕੀ ਕਰ ਰਹੇ ਹਾਂ, ਅਸੀਂ ਇਨਸਾਨ ਨੂੰ ਇਨਸਾਨ ਨਾਲ ਤੋੜ ਟੁੱਟੇ ਵੇ, ਰਾਈਟ। ਜਿਹੜੀ ਚੀਜ਼ ਨੇ ਸਾਨੂੰ ਕਾਮਯਾਬ ਬਣਾਇਆ, ਉਹੀ ਚੀਜ਼ ਅਸੀਂ ਖਿਲਾਰ ਰਹੇ ਹਾਂ ਵੀ ਸਾਨੂੰ ਹੁਣ ਇਹਦੀ ਜ਼ਰੂਰਤ ਨਹੀਂ। ਇੰਡੀਪੈਂਡੈਂਟ ਤੁਸੀਂ ਦੇਖੋ ਕਿ ਇੱਕ ਜਿਹੜਾ ਫੋਨ ਆ ਆਪਣਾ, ਤੁਸੀਂ ਆਪਾਂ ਸਾਰੇ ਮੇ ਬੀ ਰਿਫਲੈਕਟ ਕਰਕੇ ਦੇਖਿਓ ਕਿ ਤੁਹਾਡਾ ਰਿਸ਼ਤਾ ਫੋਨ ਨਾਲ ਜ਼ਿਆਦਾ ਤੁਸੀਂ ਟਾਈਮ ਸਪੈਂਡ ਕਰਦੇ ਹੋ ਨਾ ਕਿ ਆਪਦੇ ਬੱਚੇ ਜਾਂ ਆਪਦੇ ਪਾਰਟਨਰ ਨਾਲ। ਫੋਨ ਦੀ ਤਾਂ ਇੱਕ ਵੀ ਚੀਜ਼ ਖਰਾਬ ਹੋ ਜਾਂਦੀ ਤਾਂ ਤੁਹਾਨੂੰ ਝੱਟ ਪਤਾ ਲੱਗ ਜਾਂਦਾ, ਤੇ ਪਾਰਟਨਰ ਦੀਆਂ 10 ਵੀ ਖਰਾਬ ਹੋ ਜਾਣ ਤਾਂ ਤੁਹਾਨੂੰ ਪਤਾ ਨਹੀਂ ਲੱਗਦਾ, ਰਾਈਟ। ਕਿਉਂਕਿ ਜਿਹੜੀ ਚੀਜ਼ ਨਾਲ ਤੁਸੀਂ ਵਕਤ ਜ਼ਿਆਦਾ ਸਪੈਂਡ ਕਰਦੇ ਹੋ ਉਹਦੇ ਤੁਹਾਨੂੰ ਡਿਫੈਕਟ ਵੀ ਪਤਾ ਲੱਗਦੇ ਨੇ, ਜਿਹੜੀ ਚੀਜ਼ ਨਾਲ ਤੁਸੀਂ ਵਕਤ ਹੀ ਨਹੀਂ ਸਪੈਂਡ ਕਰਦੇ ਹੋ ਫਿਰ ਕਈ ਵਾਰ। ਐਂਡ ਮੈਂ ਇਹ ਚੀਜ਼ ਇਸ ਕਰਕੇ ਕਹਿਣਾ ਚਾਹੁੰਦੀ ਹਾਂ ਮਿਸਟਰ ਥਿੰਦ, ਜਿਹੜਾ ਡਿਪਰੈਸ਼ਨ ਆ ਸਾਡੀ ਕਮਿਊਨਿਟੀ ਦੇ ਵਿੱਚ, ਸਾਡੇ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਫੈਲ ਰਿਹਾ। ਐਂਡ ਆਹੀ ਦਿਨ ਮੈਂ ਇਹੋ ਜਿਹੇ ਕਲਾਇੰਟਸ ਨੂੰ ਮਿਲਦੀ ਹਾਂ, ਐਂਡ ਪੇਰੈਂਟਸ ਨੂੰ ਲੱਗਦਾ ਕਈ ਵਾਰ ਕਿ
ਦੇਖੋ ਜੀ ਸਾਰਾ ਕੁਛ ਹੈ ਹੁਣ ਜੇ ਐਵੇਂ ਡਿਪਰੈਸ ਹੋਈ ਜਾਣ ਤਾਂ ਅਸੀਂ ਕੀ ਕਰੀਏ ਰਾਈਟ ਅਤੇ ਪਹਿਲਾਂ ਇਹ 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 ਬਹੁਤ ਜ਼ਿਆਦਾ ਡੇਂਜਰਸ ਚੀਜ਼ ਆ ਮਿਸਟਰ ਥਿੰਡ ਅਕੋਰਡਿੰਗ ਟੂ ਵਰਲਡ ਹੈਲਥ ਔਰਗਨਾਈਜੇਸ਼ਨ ਡਿਪਰੈਸ਼ਨ ਨੰਬਰ 1 ਲੀਡਿੰਗ ਕੌਜ਼ ਬਣ ਚੁੱਕਿਆ ਡਿਸਬਿਲਿਟੀ ਦੀ ਅੱਛਾ ਜੀ ਯੈਸ ਡਿਸੇਬਲ ਕਰਦਾ ਡਿਸੇਬਲ ਕਰਦਾ ਤੁਹਾਡੀ ਲਾਈਫ ਦੀ ਫੰਕਸ਼ਨ ਨੂੰ ਡਿਸਫੰਕਸ਼ਨਲ ਕਰਦਾ ਐਂਡ 40% ਲੋਕਾਂ ਨੇ ਆਲਰੇਡੀ ਉਹ ਕਹਿੰਦੇ ਕਹਿ ਦਿੱਤਾ ਵੀ ਅਸੀਂ ਇਕੱਲੇ ਹਾਂ ਦੁਨੀਆ 'ਤੇ ਸਾਡਾ ਕੋਈ ਨਹੀਂ ਤੁਸੀਂ ਦੇਖੋ ਵੀ 40% ਲੋਕ ਐਂਡ ਇਹ ਉਹੀ ਜਿਹੜੇ ਲੋਕਾਂ ਨੇ ਐਡਮਿਟ ਕੀਤਾ ਅੱਛਾ ਜੀ ਹਜੇ ਮੈਨੂੰ ਪਤਾ ਵੀ ਬਹੁਤ ਲੋਕੀ ਕਈ ਵਾਰ ਸਰਵੇ ਕਰਦੇ ਤੇ ਉਹ ਓਨੈਸਟ ਵੀ ਨਹੀਂ ਰਹਿੰਦੇਗੇ ਰਾਈਟ ਸਾਰੇ ਸਰਵੇ ਓਨੈਸਟ ਨਹੀਂ ਹੁੰਦੇ ਨਹੀਂ ਜਿਵੇਂ ਮੇਰੇ ਕਹਿਣ ਦਾ ਮਤਲਬ ਵੀ 40% ਲੋਕਾਂ ਨੇ ਇਹ ਐਡਮਿਟ ਕੀਤਾ ਵੀ ਅਸੀਂ ਇਕੱਲੇ ਹਾਂ ਤੇ ਸਾਡਾ ਕੋਈ ਨਹੀਂ ਹੋਰ ਵੀ ਲੋਕ ਹੋ ਸਕਦੇ ਜਿਹੜੇ ਇਕੱਲੇ ਹੋਣ ਪਰ ਐਡਮਿਟ ਨਾ ਕਰਦੇ ਹੋਣ ਤੇ ਫਿਰ ਕੀ ਕਰਨਾ ਚਾਹੀਦਾ ਇਸ ਸਿਚੁਏਸ਼ਨ ਦੇ ਵਿੱਚ ਹਾਂਜੀ ਮਿਸਟਰ ਤਿੰਨ ਪਹਿਲਾਂ ਤਾਂ ਜਿਹੜੇ ਵੀ ਤੁਸੀਂ ਰਿਸ਼ਤਿਆਂ ਦੇ ਵਿੱਚੋਂ ਜੇ ਫੋਰ ਐਗਜ਼ਾਮਪਲ ਤੁਸੀਂ ਆਪਣੇ ਬੱਚੇ ਨਾਲ ਇਹ ਚੀਜ਼ ਤੁਹਾਡਾ ਬੱਚਾ ਡਿਪਰੈਸ਼ਨ 'ਚੋਂ ਜੂਝ ਰਿਹਾ ਪਹਿਲਾਂ ਤਾਂ ਇਹ ਚੀਜ਼ ਨੂੰ ਦੇਖੋ ਕਿ ਇਹ ਇੱਕ ਮਾਨਸਿਕ ਅਵਸਥਾ ਵਾ ਇਹ ਇੱਕ ਫਿਜ਼ੀਕਲ ਅਵਸਥਾ ਜਾਂ ਸਰੀਰਕ ਅਵਸਥਾ ਨਹੀਂ ਐਂਡ ਇਹਨੂੰ ਇੱਕ ਕਮਜ਼ੋਰੀ ਨਾ ਮੰਨੋ ਇਹ ਕਮਜ਼ੋਰੀ ਨਹੀਂ ਹੈਗੀ ਡਿਪਰੈਸ਼ਨ ਹੋਣਾ ਇੱਕ ਕਮਜ਼ੋਰੀ ਨਹੀਂ ਹੈਗੀ ਤੁਹਾਡੀ ਕੋਈ ਲੱਤ ਤੋੜ ਦਿੰਦਾ ਇਹਦਾ ਮਤਲਬ ਆ ਤੁਸੀਂ ਸਰੀਰਕ ਤੌਰ 'ਤੇ ਕਮਜ਼ੋਰ ਸੀ ਤਾਂ ਤੋੜਤੀ ਉਹਨੇ ਨਹੀਂ ਤੋੜਤੀ ਨਾ ਉਹ ਤਾਂ ਟੁੱਟ ਸਕਦੀ ਹੈ ਜੇ ਤੁਸੀਂ ਐਕਸੀਡੈਂਟ ਹੋ ਸਕਦਾ ਜ਼ਿੰਦਗੀ ਦੇ ਵਿੱਚ ਸੋ ਪਹਿਲਾਂ ਤਾਂ ਹਰ ਚੀਜ਼ ਸਾਨੂੰ ਸਿਗਨਲ ਦੇ ਰਹੀ ਆ ਜੇ ਸਾਡੇ ਵਿੱਚ ਮਿਸਟਰ ਥਿੰਦ ਲੋਨਲੀਨੈਸ ਆ ਜੇ ਸਾਡੇ 'ਚ ਡਿਪਰੈਸ਼ਨ ਆ ਤੁਹਾਡੇ ਢਿੱਡ 'ਚ ਪੀੜ ਹੋ ਰਹੀ ਆ ਚੰਗੀ ਚੀਜ਼ ਹੈ ਕਿਉਂਕਿ ਉਹ ਦੱਸ ਰਹੀ ਆ ਕਿਤੇ ਨਾ ਕਿਤੇ ਤੁਹਾਡੇ ਢਿੱਡ 'ਚ ਕੋਈ ਪ੍ਰੋਬਲਮ ਆ ਨਾਲੇ ਤੁਸੀਂ ਦੱਸਦੇ ਸੀ ਇੱਕ ਵਾਰੀ ਵੀ ਸੀਜ਼ਨਲ ਵੀ ਹੁੰਦੇ ਆ ਕੰਮ ਹਾਂਜੀ ਸੀਜ਼ਨਲ ਉਦਾਸੀ ਹਾਂਜੀ ਸੀਜ਼ਨਲ ਉਦਾਸੀ ਨੂੰ ਅਸੀਂ ਜਿਵੇਂ ਸੈਡਨੈਸ ਹੀ ਕਹਿ ਸਕਦੇ ਹਾਂ ਬਾਕੀ ਮੈਂ ਜਿਵੇਂ ਦੇਖਿਆ ਕਿ ਕਈ ਜ਼ਖਮ ਸਾਡੇ ਕਈ ਸਾਲਾਂ ਤੋਂ ਹੀਲ ਨਹੀਂ ਹੁੰਦੇ ਗੇ ਸੋ ਫੋਰ ਐਗਜ਼ਾਮਪਲ ਜੇ ਕਿਸੇ ਦਾ ਡਿਵੋਰਸ ਹੋਇਆ ਅੱਜ ਤੋਂ 15 ਸਾਲ ਪਹਿਲਾਂ ਇਹ ਕਹਿਣਾ ਸਹੀ ਨਹੀਂ ਹੋਊਗਾ ਕਿ ਹੁਣ ਉਹਨੂੰ ਕੋਈ ਫਰਕ ਨਹੀਂ ਹੁਣ ਉਹ ਠੀਕ ਆ ਹੋ ਸਕਦਾ 15 ਸਾਲਾਂ ਦੇ ਵਿੱਚ ਰੋਜ਼ ਉਹਨੇ ਆਪਦੇ ਦਿਮਾਗ ਨੂੰ ਇਹੀ ਦੱਸਿਆ ਮੈਂ ਇਕੱਲਾ ਮੈਂ ਇਕੱਲਾ ਮੈਂ ਇਕੱਲਾ ਮੇਰੀ ਗਲਤੀ ਨਹੀਂ ਸੀ ਜਾਂ ਉਹਦੀ ਗਲਤੀ ਨਹੀਂ ਸੀ ਮੈਂ ਛੱਡ ਕੇ ਗਈ ਯੂਨੋ ਮੇਰੇ ਬੱਚੇ ਮੈਥੋਂ ਦੂਰ ਕੀਤੇ ਤੁਸੀਂ ਦੇਖੋ ਜੇ 15 ਸਾਲ ਇੱਕ ਇਨਸਾਨ ਇਹ ਸੋਚ ਨਾਲ ਰਵੇ ਤਾਂ ਉਹਦਾ ਕੀ ਹਾਲ ਹੋ ਜੇ ਰਾਈਟ ਸੋ ਸੀਜ਼ਨਲ ਤੁਸੀਂ ਇਹ ਟਾਈਮ ਮੈਂ ਕਹਿ ਰਹੀ ਹਾਂ ਕਿ ਇਹ ਅਸੈਸਮੈਂਟ ਤੁਸੀਂ ਆਪਣੇ ਕਾਉਂਸਲਰ ਜਾਂ ਆਪਣੇ ਡਾਕਟਰ ਨਾਲ ਕਰ ਸਕਦੇ ਹੋ ਇਹ ਥੋਟਸ ਕਿੰਨੇ ਵਾਰੀ ਦਿਨ 'ਚ ਤੁਹਾਡੇ ਮਨ 'ਚ ਆਉਂਦੀਆਂ ਕਿਉਂਕਿ ਹੈ ਤਾਂ ਇਹ ਨੈਗੇਟਿਵ ਥੋਟ ਪੈਟਰਨ ਆ ਰਾਈਟ ਹੁਣ ਇੱਕ ਨੈਗੇਟਿਵ ਥੋਟ ਪੈਟਰਨ ਦੀ ਤੁਹਾਡੇ ਟੇਪ ਅਸੀਂ ਮਨ ਦਿਮਾਗ ਦੇ ਵਿੱਚ ਲਾ ਦਈਏ ਅਤੇ 24 ਘੰਟੇ ਉਹ ਰਿਪੀਟ ਕਰੀ ਜਾਵੇ ਅਤੇ ਭਾਵੇਂ ਤੁਹਾਨੂੰ ਜਿੰਨੇ ਸਾਲ ਲੰਘਣਗੇ ਉਹ ਤਾਂ ਵਰਸ ਹੋ ਸਮਾਂ ਜਿੰਨੇ ਜ਼ਿਆਦਾ ਸਾਲ ਵਧਣਗੇ 20 ਸਾਲ ਹੋਣਗੇ ਵਰਸ ਹੋਊਗੇ ਫਿਰ ਜਿਹੜੇ ਮੁੰਡੇ ਕੁੜੀਆਂ ਦੇ ਪਿਆਰ ਟੁੱਟ ਜਾਂਦੇ ਆ ਹੁਣ ਰੀਸੈਂਟਲੀ ਕਈ ਇਹੋ ਜਿਹੇ ਕੇਸਿਸ ਹੋਏ ਆ ਜਿੱਥੇ ਟ੍ਰਾਇੰਗਲ ਲਵ ਅਫੇਅਰ ਜਾਂ ਹੋਰ ਕਈ ਚੱਕਰ ਚੱਲੇ ਆ ਉਹ ਵੀ ਉਹਨਾਂ ਦੀ ਉਦਾਸੀ ਦਾ ਕਾਰਨ ਬਣ ਜਾਂਦੇ ਜੀ ਹਾਂ ਜਿਵੇਂ ਦੇਖੋ ਕਿ ਆਈ ਮੀਨ ਮੇ ਬੀ ਆਈ ਥਿੰਕ ਤੁਸੀਂ ਐਕਸਟ੍ਰੀਮ ਕੇਸਾਂ ਦੀ ਗੱਲ ਕਰਦੇ ਜਿੱਥੇ ਲੋਕ ਮਾਰ ਵੀ ਦਿੰਦੇ ਜਿਵੇਂ ਇੱਦਾਂ ਤੁਸੀਂ ਕਹਿ ਰਹੇ ਹੋ ਦੇਖੋ ਆਪਣੇ ਵਿੱਚ ਜਿਹੜੀਆਂ ਮਾਨਸਿਕਤਾ ਜਿਹੜੀ ਰਿਜੈਕਸ਼ਨ ਆ ਨਾ ਉਹ ਇੱਕ ਸੱਟ ਆ ਹੁਣ ਅਸੀਂ ਸੱਟ ਨਹੀਂ ਝੱਲ ਸਕਦੇ ਅਤੇ ਸਾਨੂੰ ਮਰਨਾ ਸੌਖਾ ਲੱਗਦਾ ਸੋ ਸਮਝਦੇ ਆ ਕਿ ਮਰਨ ਨੂੰ ਵੀ ਵੱਡੀ ਸੱਟ ਮਰਨ ਨਾਲੋਂ ਵੀ ਵੱਡੀ ਸੱਟ ਆ ਉਹਨਾਂ ਵਾਸਤੇ ਕਿਉਂਕਿ ਮਾਨਸਿਕਤਾ ਕਮਜ਼ੋਰ ਇੱਕ ਕਮਜ਼ੋਰ ਮਾਨਸਿਕਤਾ ਜਿੰਨਾ ਮਾਨਸਿਕ ਤੌਰ 'ਤੇ ਸਟਰੋਂਗ ਹੋ ਉਹਨੇ ਤੁਸੀਂ ਰੈਜ਼ਿਸਟੈਂਸ ਹੋ ਉਹਨੇ ਤੁਸੀਂ ਸੱਟਾਂ ਸਰੀਰਕ ਤੌਰ 'ਤੇ ਜਿੰਨੇ ਤੁਸੀਂ ਤੰਦਰੁਸਤ ਹੋਵੋਗੇ ਤੁਸੀਂ ਸੱਟ ਝੱਲ ਸਕੋਗੇ ਜੇ ਤੁਸੀਂ ਕਮਜ਼ੋਰ ਹੋਵੋਗੇ ਸਰੀਰਕ ਤੌਰ 'ਤੇ ਤਾਂ ਸੱਟ ਤੁਹਾਨੂੰ ਹਾਵੀ ਪਊਗੀ ਰਾਈਟ ਸੋ ਇਹੀ ਮਾਨਸਿਕ ਤੌਰ 'ਤੇ ਜਿੰਨਾ ਚਿਕ ਸਾਡੀ ਮਾਨਸਿਕਤਾ ਸਟਰੋਂਗ ਬਣਦੀ ਆ ਐਂਡ ਮਾਨਸਿਕਤਾ ਸਟਰੋਂਗ ਸਾਡੀ ਬਣਦੀ ਆ ਮਿਸਟਰ ਥਿੰਡ ਅਸੀਂ ਸੋਚਾਂ ਕਿਹੜੀਆਂ ਸੋਚਦੇ ਹਾਂ ਨੈਗੇਟਿਵ ਸੋਚਾਂ ਸਾਨੂੰ ਖੋਖਲਾ ਕਰਦੀਆਂ ਪੋਜ਼ਿਟਿਵ ਸੋਚਾਂ ਸਾਨੂੰ ਸਾਡੀ ਮਾਨਸਿਕਤਾ ਨੂੰ ਸਟਰੋਂਗ ਕਰਦੀਆਂ ਕੁਲਵਿੰਦਰ ਜੀ ਮੈਂ ਵੈਸੇ ਵੀ ਨੋਟਿਸ ਕਰਦਾ ਰਹਿਣਾ ਵੀ ਅਸੀਂ ਜਿਹੜੇ ਸਾਡੇ ਭਾਰਤੀ ਲੋਕ ਆ ਇਹ ਵੈਸੇ ਵੀ ਥੋੜ੍ਹੇ ਜ਼ਿਆਦਾ ਸੀਰੀਅਸ ਆ ਯੂਰਪੀਅਨ ਲੋਕਾਂ ਨਾਲੋਂ ਨੌਰਥ ਅਮੈਨ ਲੋਕਾਂ ਨਾਲੋਂ ਨੌਰਥ ਅਮੈਰੀਕਨ ਲੋਕ ਹੱਸਦੇ ਰਹਿੰਦੇ ਮੁਸਕਰਾਉਂਦੇ ਰਹਿੰਦੇ ਆ ਵੈਸੇ ਵੀ ਉਹਨਾਂ ਦੀ ਮੇਰੇ ਖਿਆਲ ਅਪਰੋਚ ਡਿਫਰੈਂਟ ਆ ਕੀ ਇਹ ਸਾਨੂੰ ਜਿਹੜੀ ਕਲਚਰਲ ਕੋਈ ਪਹਿਲਾਂ ਤੋਂ ਹੀ ਗੱਲ ਅਸੀਂ ਸਿੱਖੀ ਆ ਕਿ ਸੀਰੀਅਸ ਰਹੀਦਾ ਗੰਭੀਰ ਰਹਿਣਾ ਚਾਹੀਦਾ ਬੰਦੇ ਨੂੰ ਔਰ ਫਿਰ ਉਹ ਗੰਭੀਰਤਾ ਹੌਲੀ ਹੌਲੀ ਉਦਾਸੀ ਜਿਹੀ ਬਣ ਜਾਂਦੀ ਹੈ ਵਰਨਾ ਜਿਹੜੇ ਲੋਕ ਆ ਕਈ ਥੋੜ੍ਹੀ ਬਹੁਤ ਦਿੱਕਤਾਂ ਦੇ ਬਾਵਜੂਦ ਵੀ ਹੱਸਦੇ ਮੁਸਕਰਾਉਂਦੇ ਰਹਿੰਦੇ ਹਾਂਜੀ ਹਾਂਜੀ ਇਹ ਲਰਨਡ ਬਿਹੇਵੀਅਰ ਆ ਕੋਈ ਸਾਡਾ ਕਲਚਰਲ ਲਰਨਡ ਬਿਹੇਵੀਅਰ ਹਾਂਜੀ ਇੱਕ ਕਲਚਰਲ ਵੀ ਹੈਗਾ ਇੱਕ ਤੁਹਾਡੇ ਘਰ ਦਾ ਇਨਵਾਇਰਮੈਂਟ ਵੀ ਹੈਗਾ ਗਾ ਕਿ ਤੁਸੀਂ ਹਰ ਚੀਜ਼ ਨੂੰ ਕਿਸ ਤਰ੍ਹਾਂ ਡੀਲ ਕਰਦੇ ਆ ਸੋ ਫੋਰ ਐਗਜ਼ਾਮਪਲ ਯੂਨੋ ਇੱਕ ਫੈਮਲੀ ਨਾਲ ਮੈਂ ਕੰਮ ਕੀਤਾ ਅਤੇ ਉਹਨਾਂ ਦੇ ਫੈਮਲੀ ਦੇ ਵਿੱਚ ਓਲਡ ਏਜ ਨੂੰ ਜਿਵੇਂ ਉਹ ਡੀਲ ਕਰਦੇ ਸੀ ਡਿਪਰੈਸ਼ਨ ਨਾਲ ਅੱਛਾ
ਕਿਉਂਕਿ ਉਹ ਕੋਪਿੰਗ ਮੈਕਨਿਜ਼ਮ ਸੀਗਾ, ਜਿਵੇਂ 올ਡ ਏਜ ਦੇ ਵਿੱਚ ਉਹ ਇਕੱਲੇਪਣ ਰਹਿਣ ਲੱਗ ਜਾਂਦੇ ਸੀਗੇ, ਲੋਕਾਂ ਤੱਕ ਮਿਲਣਾ ਘਟਾ ਦਿੰਦੇ ਸੀਗੇ। ਸੋ ਜੇ ਕੋਈ ਵੀ ਜਿਹੜੀ ਚੀਜ਼ ਆ ਅਸੀਂ ਉਹਦਾ ਜਵਾਬ, ਉਹਦਾ ਰਿਸਪੋਂਡ ਕਿਵੇਂ ਕਰਦੇ ਹਾਂ, ਇਹ ਬਹੁਤ ਡਿਪੈਂਡ ਕਰਦਾ ਕਿਸ ਕਲਚਰ 'ਚੋਂ ਆਉਂਦੇ ਹਾਂ ਅਸੀਂ, ਕਿਸ ਪਰਵਿਸ਼ 'ਚ ਆਉਂਦੇ ਹਾਂ, ਕਿਸ ਘਰ ਬਾਰ 'ਚ ਆਉਂਦੇ ਹਾਂ। ਕਿਉਂਕਿ ਰਲ ਕੇ ਇਹ ਇਨਵਾਇਰਮੈਂਟ, ਕੋਈ ਵੀ ਬੱਚਾ ਯੂਨੋ ਜਦੋਂ ਉਹਦਾ ਜਨਮ ਹੁੰਦਾ ਲੋਅ ਸੈਲਫ ਅਸਟੀਮ ਵਾਲਾ ਨਹੀਂ ਹੁੰਦਾ ਗਾ, ਕੋਈ ਵੀ ਬੱਚਾ ਜਦੋਂ ਜਨਮ ਹੁੰਦਾ ਉਹ ਇੰਗਜ਼ਾਇਟੀ ਜਾਂ ਉਹ ਡਿਪਰੈਸ 'ਚ ਨਹੀਂ ਹੁੰਦਾ ਗਾ। ਇਹ ਚੀਜ਼ਾਂ ਅਸੀਂ ਆਪਦੇ ਇਨਵਾਇਰਮੈਂਟ ਦੇ ਵਿੱਚ ਪਾਲਦੇ ਹਾਂ, ਐਂਡ ਇਹ ਬੜਾ ਜ਼ਰੂਰੀ ਹੋ ਚੁੱਕਿਆ ਮਿਸਟਰ ਤਿੰਨ। ਜਦੋਂ ਅੱਜ ਮੈਂ ਬੱਚਿਆਂ ਦੇ ਵਿੱਚ ਵੀ ਪ੍ਰੋਬਲਮ ਕਰਦੀ ਨੋਟਿਸ ਕਰਦੀ ਹਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਸਰੀਰਕ ਜ਼ਰੂਰਤਾਂ ਦੇ ਰਹੇ ਹਾਂ, ਪਰ ਕੀ ਅਸੀਂ ਆਪਣੇ ਬੱਚਿਆਂ ਨੂੰ ਮਾਨਸਿਕ ਜ਼ਰੂਰਤਾਂ ਦੇ ਰਹੇ ਹਾਂ? ਦੇਖੋ, ਇੱਕ ਤਾਂ ਤੁਹਾਡੇ ਬੱਚੇ ਨੂੰ ਮਾਨਸਿਕਤਾ ਜ਼ਰੂਰਤ ਉਦੋਂ ਨਹੀਂ ਮਿਲਦੀ ਕਿ ਜਦੋਂ ਘਰ ਦੇ ਵਿੱਚ ਟਰੋਮਾ ਬਹੁਤ ਜ਼ਿਆਦਾ ਹੋਵੇ, ਬੱਚੇ ਨਾਲ ਕਿਸੇ ਤਰ੍ਹਾਂ ਦਾ ਅਬਿਊਜ਼ ਹੋ ਰਿਹਾ ਹੋਵੇ, ਬੱਚੇ ਨਾਲ ਮਾਰ ਕੁੱਟ ਹੋ ਰਹੀ ਹੋਵੇ, ਕੋਈ ਵੀ ਇੱਦਾਂ ਦਾ ਹੋਵੇ ਜਿਹੜਾ ਐਕਸਟ੍ਰੀਮ ਕੇਸ ਆ। ਇੱਕ ਤਾਂ ਉਸ ਸਿਨੇਰੀਓ ਦੇ ਵਿੱਚ ਬੱਚੇ ਨੂੰ ਮਾਨਸਿਕ ਜ਼ਰੂਰਤਾਂ ਨਹੀਂ ਮਿਲਦੀਆਂ, ਦੂਸਰੀਆਂ ਨਹੀਂ ਮਿਲਦੀਆਂ ਗੀਆਂ ਕਿ ਜਦੋਂ ਇੱਕ ਸਟ੍ਰੈਸਡ ਪੇਰੈਂਟਸ ਉਹਨੂੰ ਪਾਲ ਰਹੇ ਹੋਣ, ਇੱਕ ਜਿਹੜੇ ਦੁਖੀ ਹੋਏ ਮਾਪੇ ਉਹਨੂੰ ਪਾਲ ਰਹੇ ਹੋਣ। ਸਾਡੀਆਂ ਮਾਨਸਿਕ ਜ਼ਰੂਰਤਾਂ ਕੀ ਆ ਮਿਸਟਰ ਤਿੰਡ? ਸਾਡੀ ਬੜੀ ਜ਼ਰੂਰਤ, ਮਾਨਸਿਕ ਜ਼ਰੂਰਤ ਇਹ ਹੈ ਕਿ ਅਸੀਂ ਕਿਸੇ ਦੇ ਨਾਲ ਰਲੀਏ, ਅਸੀਂ ਇਕੱਲੇ ਨਾ ਹੋਈਏ। ਇਕੱਲਪਣ ਇੱਕ ਸਾਨੂੰ, ਜਦੋਂ ਅਸੀਂ ਇਕੱਲੇ ਮਹਿਸੂਸ ਕਰਦੇ ਅਸੀਂ ਅਨਈਜ਼ੀ ਮਹਿਸੂਸ ਕਰਦੇ ਹਾਂ, ਰਾਈਟ? ਸੋ ਉਹ ਇੱਕ ਸੰਕੇਤ ਹੈ ਕਿ ਤੂੰ ਕਿਸੇ ਨਾਲ ਜੁੜ ਜਾ ਕੇ। ਰੀਅਲੀ ਮੈਨੂੰ ਤਾਂ ਬਹੁਤ ਲੋਕਾਂ ਨੇ ਦੱਸਿਆ ਕਿ ਵੀ ਇੰਜੋਏ ਅਵਰ ਸੋਲੀਟਿਊਡ, ਵੀ ਇੰਜੋਏ ਵਨ ਵੀ ਆਰ ਅਲੋਨ, ਆਪਣੇ ਆਪ ਨਾਲ ਇਕੱਲਾ ਰਹਿ ਕੇ ਵੀ ਮੈਂ ਤਾਂ ਆਨੰਦ ਮਾਣਦੀ ਹਾਂ, ਮੈਂ ਇਕੱਲੀ ਵੀ ਹੁੰਦੀ ਹਾਂ, ਯੂ ਨੋ, ਮੈਂ ਤਾਂ ਆਈ ਮੈਨੇ ਬਲੈਸ, ਇਟਸ ਅ ਕੋਨਸਟੈਂਟ ਸਟੇਟ ਆਫ ਹੈਪੀਨੈਸ, ਕੋਈ ਹੋਵੇ ਮੇਰੇ ਆਲੇ ਦੁਆਲੇ, ਨਾ ਹੋਵੇ ਮੈਨੂੰ ਕੋਈ ਫਰਕ ਨਹੀਂ। ਅੱਜ ਕੱਲ੍ਹ ਤਾਂ ਬੜੀ ਇਸ ਤਰ੍ਹਾਂ ਦੀਆਂ ਗੱਲਾਂ, ਜਿਹੜੀ ਮੈਡੀਟੇਸ਼ਨ ਸਪਿਰਚੁਅਲ ਵਾਲੇ ਜਿਹੜੇ ਲੋਕ ਆ, ਗਰੁੱਪ ਆ, ਉਹ ਕਹਿੰਦੇ ਮੇਰੇ ਆਲੇ ਦੁਆਲੇ ਸਮਾਂ ਹੋਵੇ ਨਾ ਕੋਈ, ਮੈਂ ਤਾਂ ਸੋਲੀਟਿਊਡ ਇੰਜੋਏ ਕਰਾਂ। ਮਿਸਟਰ ਤਿੰਨ ਦੇਖੋ, ਜਿਹੜਾ ਫਾਰਮੂਲਾ ਗਲਤ ਹੋ ਗਿਆ, ਜਿਹੜਾ ਉਹਨਾਂ ਦਾ ਮਤਲਬ ਹੈ ਤੁਹਾਡੀ ਸੋਚ ਦੇ ਵਿੱਚ ਇਹ ਨਾ ਹੋਵੇ ਵੀ ਮੈਂ ਇਕੱਲਾ ਵਾਂ। ਜਦੋਂ ਤੁਹਾਡੀ ਸੋਚ ਦੇ ਵਿੱਚ ਇਹ ਚੱਲਿਆ ਗਿਆ ਵੀ ਮੈਂ ਇਕੱਲਾ ਵਾਂ ਦੁਨੀਆ 'ਤੇ, ਤੁਸੀਂ ਡਿਪਰੈਸਡ ਹੋਵੋਗੇ, ਇਟਸ ਸੈਡ ਫੀਲਿੰਗ। ਤੁਹਾਡੀ ਸੋਚ ਦੇ ਵਿੱਚ ਹੈਗਾ ਕਿ ਮੇਰੇ ਨਾਲ ਸਭ ਆ, ਮੈਂ ਪਿਆਰ ਹਾਂ ਕਈ ਲੋਕਾਂ ਨੂੰ, ਜ਼ਰੂਰੀ ਨਹੀਂ ਕਿ ਉਹ ਲੋਕ ਤੁਹਾਡੇ ਆਲੇ ਦੁਆਲੇ ਸਰੀਰ ਦੇ ਦੁਆਲੇ ਹੋਣ, ਪਰ ਤੁਹਾਡੀ ਸੋਚ ਪੋਜ਼ਿਟਿਵ ਆ। ਪਰ ਜਦੋਂ ਇੱਕ ਸੋਚ ਤੁਸੀਂ ਇਹ ਬਣਾ ਲੈਂਦੇ ਹਾਂ ਕਿ ਮੈਂ ਇਕੱਲਾ ਵਾਂ ਅਤੇ ਮੇਰਾ ਕੋਈ ਵੀ ਨਹੀਂ, ਤੁਸੀਂ ਦੇਖੋ ਵੀ ਇਹ ਸੋਚ ਤੁਸੀਂ ਕਿਸੇ ਦੇ ਵੀ ਦਿਮਾਗ 'ਚ ਪਾ ਦਿਉ ਅਤੇ ਇਹ ਦੁੱਖ ਦਿੰਦੀ ਆ। ਦੂਜੇ ਪਾਸੇ ਮੈਂ ਬੰਦੇ ਦੇਖੇ ਸਕਾਈ ਟ੍ਰੇਨ ਦੇ ਵਿੱਚ, ਖਾਲੀ ਸੀਟ ਦੇ ਉੱਤੇ, ਉਹ ਕਹਿਣਗੇ ਬਹਿ ਜਾ, ਉਹਦੇ ਨਾਲ ਗੱਲਾਂ ਕਰੀ ਜਾਣਗੇ, ਫਿਰ ਕਹਿੰਦੇ ਉੱਠ ਚੱਲੀਏ, ਲੈਟਸ ਗੋ, ਫਿਰ ਚਲੇ ਜਾਂਦੇ ਆ। ਬੱਸ ਦੇ ਵਿੱਚ ਵੀ ਤੁਸੀਂ ਦੇਖੇ ਹੋਣੇ ਇਹੋ ਜਿਹੇ ਲੋਕ ਜਿਹੜੇ, ਉਹ ਸਮਝਦੇ ਮੇਰੇ ਨਾਲ ਆ ਕੋਈ, ਸਾਨੂੰ ਤਾਂ ਦਿਸਦਾ ਨਹੀਂ ਹੁੰਦਾ, ਉਹਨੂੰ ਦਿਸਦਾ ਹੋਣਾ ਸ਼ਾਇਦ, ਜਿਹਨੂੰ ਦਿਸਦਾ ਉਹ ਕਹਿੰਦਾ ਮੈਂ ਇਕੱਲਾ ਨਹੀਂ ਗਾ, ਮੇਰੇ ਨਾਲ ਹੈਗਾ ਕੋਈ, ਅਸੀਂ ਉਹਨੂੰ ਪਾਗਲ ਕਹਿੰਦੇ। ਫਿਰ ਦੇਖੋ, ਮਾਨਸਿਕ ਅਵਸਥਾ ਇਹ ਹੈ ਕਿ ਉਹ ਓਬਵੀਅਸ ਇੱਕ ਸਪੈਸ਼ਲ ਕੇਸ ਹੋ ਵੀ ਸਕਦਾ ਕਿ ਜਿਹੜੇ ਚੀਜ਼ ਤੁਹਾਨੂੰ ਲੱਗੇ ਕਿ ਤੁਹਾਡੇ ਨਾਲ ਬੰਦਾ ਤੇ ਤੁਸੀਂ ਬੋਲੀ ਜਾਵੋ। ਕਈ ਲੋਕ ਆਪਣੇ ਆਪ ਨਾਲ ਵੀ ਗੱਲਾਂ ਕਰਦੇ ਆ, ਇਹ ਨਹੀਂ ਉਹ ਕਹਿੰਦੇ ਹੁੰਦੇ ਤੇ ਬੈਠ ਜਾ ਤੂੰ, ਲੈਟਸ ਗੋ ਕਰੀਏ। ਜੀ ਹਾਂ, ਦੇਖੋ ਉਹ ਇੱਕ ਮਾਨਸਿਕਤਾ ਅਵਸਥਾ ਹੋ ਸਕਦੀ, ਉਹ ਡਿਫਰੈਂਟ ਡਿਫਰੈਂਟ ਹੋ ਸਕਦੀ, ਆਪਾਂ ਐਵੇਂ ਪ੍ਰੋਪਰਲੀ ਹੁਣ ਮੈਂ ਅਸੈਸ ਨਹੀਂ ਇੱਦਾਂ ਤੁਹਾਨੂੰ ਕਹਿਣਾ ਨਹੀਂ ਚਾਹੁੰਦੀ ਕਿ ਉਹ ਸਹੀ ਹੈ ਜਾਂ ਗਲਤ ਹੈ, ਪਰ ਪੂਰਾ ਜਿਹੜਾ ਇਹਦਾ ਕੰਪਲੀਟ ਮਕਸਦ ਇਹ ਹੈ ਕਿ ਤੁਹਾਡੇ ਮਨ ਦੇ ਅੰਦਰ ਕੀ ਸੋਚ ਆ। ਤੁਸੀਂ ਪਰਿਵਾਰ ਦੇ ਵਿੱਚ ਪੰਜ ਜਾਣਿਆਂ ਦੇ ਵਿੱਚ ਬੈਠੇ ਹੋ ਅਤੇ ਤੁਸੀਂ ਇਹ ਸੋਚ ਰਹੇ ਹਾਂ ਮੈਂ ਇਕੱਲਾ ਵਾਂ, ਮੇਰਾ ਕੋਈ ਨਹੀਂ, ਅਤੇ ਤੁਸੀਂ ਇਕੱਲੇ ਬਣ ਜਾਓ। ਤੁਸੀਂ ਕਿਸੇ ਨਾਲ ਨਹੀਂ ਬੈਠੇ, ਆਪਦੇ ਘਰ 'ਚ ਇਕੱਲੇ ਬੈਠੇ ਹੋ ਅਤੇ ਤੁਸੀਂ ਸਭ ਮੇਰੇ ਨਾਲ ਆ, ਮੈਂ ਇਕੱਲਾ ਨਹੀਂ ਹੈਗਾ, ਮੈਂ ਚੰਗਾ ਇਨਸਾਨ ਹਾਂ, ਮੇਰੇ ਰਿਸ਼ਤੇ ਹੈ, ਮੈਨੂੰ ਜੇ ਕੱਲ੍ਹ ਨੂੰ ਮੈਨੂੰ ਕੁਛ ਹੋ ਗਿਆ ਮੈਨੂੰ ਕੋਈ ਨਾ ਕੋਈ ਮਦਦ ਕਰਨ ਲਈ ਜ਼ਰੂਰ ਆਊਗਾ, ਰਾਈਟ? ਐਂਡ ਇਹ ਇਨਸਾਨ ਇਕੱਲਾ ਨਹੀਂ ਹੈਗਾ, ਹੁਣ ਦੁਨੀਆਂ ਨੂੰ ਲੱਗ ਸਕਦਾ ਇਕੱਲਾ, ਪਰ ਇਕੱਲਾ ਹੈ ਨਹੀਂ, ਕਿਉਂਕਿ ਮਾਨਸਿਕਤਾ ਨਹੀਂ ਉਹ ਜੀ ਪਾਲੀ ਵੀ ਉਹਨੇ। ਪਰ ਕਈ ਵਾਰੀ ਕੁਛ ਹੁੰਦਾ ਹੀ ਨਹੀਂ ਗਾ ਤੇ ਉਹਨਾਂ ਨੂੰ ਲੋੜ ਹੀ ਨਹੀਂ ਪੈਂਦੀ ਉਹਨਾਂ ਦੀ। ਹਾਂਜੀ, ਦੇਖੋ ਮਿਸਟਰ ਤਿੰਨ, ਜਿਵੇਂ ਕਿਹਾ ਕਿ ਇਹ ਸਾਡੀ ਮਾਨਸਿਕਤਾ, ਜਿਵੇਂ ਅਸੀਂ ਸੋਸ਼ਲ ਵਾਇਰਡ ਆ ਸਾਡਾ ਦਿਮਾਗ, ਇਸ ਸਾਨੂੰ ਕਨੈਕਸ਼ਨ ਚਾਹੀਦਾ, ਸਾਨੂੰ ਇਹ ਭਰੋਸਾ ਚਾਹੀਦਾ ਵਾ ਕਿ ਸਾਡੇ ਲਈ ਕੋਈ ਹੈ, ਕਿ ਜੇ ਸਾਨੂੰ ਕੋਈ ਚੀਜ਼ ਹੁੰਦੀ ਆ ਸਾਡੀ ਕੋਈ ਮਦਦ ਲਈ ਹੈ, ਸਾਡੇ ਆਲੇ ਦੁਆਲੇ ਕੋਈ ਹੈ ਸਾਨੂੰ ਯੂਨੋ ਸਾਨੂੰ ਕੋਈ ਮਦਦ ਕਰ ਸਕਦਾ, ਅਸੀਂ ਕਿਸੇ ਦੇ ਹੈਗੇ ਹਾਂ ਅਤੇ ਕੋਈ ਸਾਡਾ ਵਾ। ਅੱਛਾ ਦੇਖੋ, ਤੁਸੀਂ ਯੂ ਆਰ ਮਾਡਰਨ ਗਰਲ, ਮੈਨੂੰ ਕਈ ਵਾਰੀ ਇਸ ਤਰ੍ਹਾਂ ਲੱਗਦਾ ਵੀ ਜਿਹੜੀਆਂ ਤੁਸੀਂ ਪੁਸਤਕਾਂ ਪੜ੍ਹ ਕੇ ਸਾਈਕੋਲੋਜੀ ਦੀਆਂ ਸਾਨੂੰ ਹੁਣ ਗਾਈਡ ਕਰ ਰਹੇ ਹੋ, ਉਹ ਤਾਂ ਬਹੁਤ ਪੁਰਾਣੀਆਂ, ਦੋ ਦੋ ਤਿੰਨ ਤਿੰਨ ਸਾਲ ਦੀਆਂ, ਫਰਾਇਡ ਵੇਲੇ ਦੀਆਂ, ਸੌ ਸੌ ਸਾਲ ਪੁਰਾਣੀ ਸਾਈਕੋਲੋਜੀ ਸੀ। ਔਰ ਜਿਹੜਾ ਮਨੁੱਖ ਦਾ ਵਿਕਾਸ ਬੜੀ ਤੇਜ਼ੀ ਨਾਲ ਹੋਇਆ ਔਰ ਹੋਈ ਜਾ ਰਿਹਾ, ਅੱਜ ਦੀ ਜਿਹੜੀ ਸਾਈਕੋਲੋਜੀ ਆ, ਅੱਜ ਦੀ ਸਾਈਕੋਲੋਜੀ 'ਚ ਮੈਨੂੰ ਕਈ ਗੱਲਾਂ ਪੂਰੀਆਂ ਉਤਰਦੀਆਂ ਨਹੀਂ ਦਿਸਦੀਆਂ ਜਿਹੜੀਆਂ ਤੁਸੀਂ ਪੁਸਤਕਾਂ 'ਚ ਪੜ੍ਹ ਕੇ ਆ ਕੇ ਸਾਡੇ 'ਤੇ ਕਾਉਂਸਲਿੰਗ 'ਤੇ ਸਾਨੂੰ ਹੋਰ ਕਿਸਮ ਦੀ ਮਨੋਵਿਗਿਆਨਕ ਜਿਹੜੀਆਂ ਚੀਜ਼ਾਂ ਦੱਸ ਰਹੇ ਹੋ, ਸਿਖਾ ਰਹੇ ਹੋ,
ਜਾਂ ਸਾਡੇ ਤੇ ਟੈਸਟ ਕਰ ਰਹੇ ਹੋ, ਸਾਨੂੰ ਈਵਨ ਦਵਾਈਆਂ ਤੱਕ ਦੇ ਦਿੰਦੇ ਹੋ, ਅੱਜ ਦੀ ਸਾਈਕੀ ਬਦਲੀ ਹੋਈ ਆ। ਅੱਜ ਦਾ ਜਿਹੜਾ ਮਨੁੱਖ ਆ ਉਹ ਸਾਈਕੋਲੋਜੀਕਲੀ ਉਸ ਤਰ੍ਹਾਂ ਨਹੀਂ ਸੋਚਦਾ ਜਿਹੜਾ ਕੁਛ ਤੁਸੀਂ ਕਿਤਾਬਾਂ 'ਚ 100 ਸਾਲ ਪੁਰਾਣਾ ਫਲਸਫਾ ਪੜ੍ਹਿਆ। ਤੁਹਾਨੂੰ ਲੱਗਦਾ ਨਹੀਂ ਕਿ ਅੱਜ ਕਈ ਗੱਲਾਂ ਮੈਨੂੰ ਬਿਲਕੁਲ ਝੂਠੀਆਂ ਅਤੇ ਬੋਗਸ ਲੱਗਦੀਆਂ ਮੈਨੂੰ, ਔਰ ਜਿਹੜਾ ਮੇਰੇ ਤੋਂ ਹੋਰ ਛੋਟਾ ਜਿਹੜੀ 20 ਸਾਲ ਦੀ ਲੜਕੀ ਆ, ਹੁਣ 20 ਸਾਲ ਦਾ 19 ਸਾਲ ਦਾ ਮੁੰਡਾ, ਉਹਨੂੰ ਤਾਂ ਬਿਲਕੁਲ ਹਾਸਾ ਆਉਂਦਾ ਹੋਣਾ ਤੁਹਾਡੀਆਂ ਗੱਲਾਂ 'ਤੇ। ਮਿਸਟਰ ਥਿੰਗ, ਦੇਖੋ ਇਹ ਆਪਾਂ ਮੰਨ ਸਕਦੇ ਕਿ ਸਾਡੇ ਆਲੇ ਦੁਆਲੇ ਹਰ ਚੀਜ਼ ਬਦਲ ਚੁੱਕੀ ਆ, ਸਾਡੇ ਖਾਣੇ ਦੇ ਲਿਹਾਜ਼ੇ ਬਦਲ ਚੁੱਕੇ ਆ, ਸਾਡੀ ਕੱਪੜੇ ਦੀ ਦਿਸ਼ਾ ਬਦਲ ਚੁੱਕੀ ਸੀ, ਪਰ ਸਾਡੀਆਂ ਮਾਨਸਿਕ ਜ਼ਰੂਰਤਾਂ ਨਹੀਂ ਬਦਲੀਆਂ ਮਿਸਟਰ ਥਿੰਗ। ਸਾਡੀਆਂ ਮਾਨਸਿਕ ਜ਼ਰੂਰਤਾਂ ਹਜੇ ਵੀ ਉਹੀ ਆ, ਪਰ ਜਿਹੜਾ ਕਲਚਰ ਅਸੀਂ ਕਰ ਲਿਆ ਉਹ ਅਸੀਂ ਇਹਨੂੰ ਕਹਿੰਦੇ ਹਾਂ ਜੰਕ ਵੈਲਿਊ ਸਿਸਟਮ ਆ ਸਾਡਾ ਕਲਚਰ। ਅੱਛਾ, ਕਿਉਂਕਿ ਇੱਕ ਜੰਕ ਫੂਡ ਅਸੀਂ ਖਾਂਦੇ ਤਾਂ ਹੈਗਾ, ਪਰ ਉਹਦੇ ਸਰੀਰ 'ਤੇ ਸਾਨੂੰ ਉਹਦਾ ਕੋਈ ਚੰਗਿਆਈ ਨਹੀਂ ਹੈਗੀ ਉਹਦੀ, ਜੰਕ ਫੂਡ। ਇਵੇਂ ਸਾਡਾ ਜੰਕ ਵੈਲਿਊ ਸਿਸਟਮ ਆ। ਤੁਸੀਂ ਇਹ ਦੇਖੋ ਕਿ ਤੁਹਾਡੀ ਮਾਨਸਿਕਤਾ ਸਟਰੋਂਗ ਕਿਹਦੇ ਨਾਲ ਪਾਉਂਦੀ ਆ? ਸੇਵਾ ਭਾਵਨਾ ਨਾਲ। ਤੁਹਾਡੇ ਅੰਦਰ ਇਹ ਚੀਜ਼ ਇੱਕ ਪੋਜ਼ਿਟਿਵਿਟੀ ਲੈ ਕੇ ਜਾਂਦੀ ਆ, ਹਮਦਰਦੀ ਨਾਲ, ਰਿਸ਼ਤੇ ਨਿਭਾਉਣ ਨਾਲ, ਤੁਹਾਡੇ ਅੰਦਰ ਨੂੰ ਤੁਹਾਡਾ ਅੰਦਰ ਇੱਕ ਸਟਰੈਂਥ ਬਣਦਾ ਤੁਹਾਡੇ ਅੰਦਰ। ਐਂਡ ਹੈ ਤਾਂ ਬਹੁਤ ਸਾਲ ਪੁਰਾਣੀਆਂ ਚੀਜ਼ਾਂ ਵਾ, ਇਹ ਚੀਜ਼ਾਂ ਅਸੀਂ ਪ੍ਰੈਕਟਿਸ ਕੀਤੀਆਂ ਵੀ ਆ। ਸੇਵਾ ਭਾਵਨਾ ਵਾ ਹੋਣੀ, ਮਿਹਨਤ ਕਰਨੀ, ਹਮਦਰਦੀ ਕਰਨੀ, ਇੱਕ ਰਿਸ਼ਤਿਆਂ ਦੇ ਵਿੱਚ ਰਹਿਣਾ, ਇੱਕ ਰਿਸ਼ਤਿਆਂ ਦੇ ਵਿੱਚ ਆਪਦੇ ਆਪ ਨੂੰ ਮਹਿਸੂਸ ਕਰਨਾ ਕਿ ਮੈਂ ਇਹਦਾ ਵਾਂ, ਇਹ ਮੇਰੀ ਆ, ਰਾਈਟ? ਸੋ ਇਹ ਚੀਜ਼ਾਂ ਸਾਨੂੰ ਮਾਨਸਿਕ ਦੀ ਮਾਨਸਿਕ ਸਵਸਥਾ ਕਰਦੀਆਂ, ਸਾਨੂੰ ਮਾਨਸਿਕ ਦੀ ਸਾਨੂੰ ਸਟਰੋਂਗ ਬਣਾਉਂਦੀਆਂ ਵਾ। ਪਰ ਅੱਜ ਸਾਡਾ ਜੰਕ ਸਿਸਟਮ ਆ, ਜਿਹੜੀ ਚੀਜ਼ ਅਸੀਂ ਫੋਨ ਨੂੰ ਜ਼ਿਆਦਾ ਟਾਈਮ ਦਿੰਦੇ ਹਾਂ ਇਨਸਾਨ ਨਾਲ, ਅਤੇ ਸਾਡੀ ਮਾਨਸਿਕ ਨੇ ਤਾਂ ਥੱਲੇ ਜਾਣਾ ਹੀ ਆ। ਕਿਉਂਕਿ ਫੋਨ ਉਹਨਾਂ ਲੋਕਾਂ ਨਾਲ ਤੁਹਾਨੂੰ ਕਨੈਕਟ ਕਰਦਾ ਜਿਹਨਾਂ ਨੂੰ ਤੁਸੀਂ ਚਾਹੁੰਦੇ ਹੋ, ਜਿਹੜੇ ਤੁਹਾਨੂੰ ਸੁੱਖ ਦਿੰਦੇ ਆ, ਜਿਹੜੇ ਤੁਹਾਨੂੰ ਖੁਸ਼ੀ ਦਿੰਦੇ ਆ, ਉਹਨਾਂ ਨਾਲ ਕਨੈਕਟ ਕਰਨ ਵਾਲਾ ਉਹ ਟੂਲ ਆ। ਜਦੋਂ ਉਹ ਲੋਕ ਪਿਆਰੇ ਨੇ, ਉਹ ਟੂਲ ਵੀ ਪਿਆਰਾ ਜਿਹੜਾ ਟੂਲ ਉਹਨਾਂ ਨਾਲ ਕਨੈਕਟ ਕਰਦਾ। ਦੇਖੋ ਮਿਸਟਰ ਥਿੰਡ, ਕਿ ਜਦੋਂ ਆਪਾਂ ਡਿਨਰ 'ਤੇ ਜਾਂਦੇ ਹਾਂ ਜਾਂ ਕਿਤੇ ਵੀ ਆਪਾਂ ਜਾਂਦੇ ਹਾਂ, ਜਿਹੜੇ ਲੋਕ ਸਾਨੂੰ ਸਭ ਤੋਂ ਪਿਆਰੇ ਹੁੰਦੇ, ਅਸੀਂ ਉਹਨਾਂ ਨਾਲ ਬੈਠ ਕੇ ਵੀ ਫੋਨ ਵਰਤਦੇ ਹਾਂ, ਫਿਰ ਉਹ ਲੋਕ ਤਾਂ ਸਾਨੂੰ ਇੰਨੇ ਪਿਆਰੇ, ਫੋਨ ਤਾਂ ਸਾਡੇ ਕੋਲ ਹੋਣਾ ਹੀ ਨਹੀਂ ਚਾਹੀਦਾ ਉਸ ਹਿਸਾਬ ਨਾਲ। ਪਰ ਅਸੀਂ ਉਹਨਾਂ ਵਕਤ ਦੇ ਵਿੱਚ, ਸਾਨੂੰ ਸਾਡਾ ਬੱਚਾ ਦੁਨੀਆ ਤੋਂ ਵੱਧ ਪਿਆਰਾ, ਪਰ ਬੱਚਾ ਇੱਕ ਪਾਸੇ ਖੇਡਦਾ ਹੋ, ਅਸੀਂ ਆਪਦੇ ਫੋਨ 'ਤੇ ਹੋਵਾਂਗੇ, ਰਾਈਟ? ਸੋ ਜੇ ਤਾਂ ਤੁਸੀਂ ਇੱਕ ਕਿਸੇ ਨੂੰ ਦੂਰ ਰਹਿੰਦੇ ਕੰਟਰੀ ਦੇ ਵਿੱਚ ਕਿਸੇ ਨੂੰ ਕਨੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਕੋਈ ਮਾੜਾ ਨਹੀਂ, ਤੁਸੀਂ ਫੋਨ ਯੂਜ਼ ਕਰਨਾ। ਪਰ ਜਦੋਂ ਤੁਸੀਂ ਆਪਣੇ ਰਿਸ਼ਤਿਆਂ ਨੂੰ ਪਿੱਛੇ ਧੱਕ ਕੇ, ਤੁਸੀਂ ਇਹ ਜਿਹੜਾ ਇੱਕ ਸਕਰੀਨ ਟਾਈਮ ਆ, ਫੋਨ ਟਾਈਮ ਆ, ਜੇ ਤੁਸੀਂ ਉਹੀ ਟਾਈਮ ਇੱਕ ਇਨਸਾਨ ਨਾਲ ਗੁਜ਼ਾਰੋ, ਤੁਹਾਡੀ ਮਾਨਸਿਕਤਾ ਅਵਸਥਾ ਬਦਲਦੀ ਆ। ਕਿਉਂਕਿ ਇਹ ਇੱਕ ਬੜੀ ਜ਼ਰੂਰੀ ਮਾਨਸਿਕਤਾ ਜ਼ਰੂਰਤ ਆ ਮਿਸਟਰ ਥਿੰਡ, ਕਿ ਮੈਨੂੰ ਕੋਈ ਸੁਣੇ, ਕੋਈ ਇਨਸਾਨ ਤੁਹਾਨੂੰ ਸੁਣਦਾ ਵਾ, ਤੁਹਾਨੂੰ ਵੈਲੀਡੇਟ ਕਰਦਾ ਵੀ ਹਾਂ ਵਾਕਈ ਤੇਰੀ ਗੱਲ ਮੈਨੂੰ ਲੱਗਿਆ ਕਿ ਇਹਦੇ ਵਿੱਚ ਹੈ ਕੁਛ, ਐਂਡ ਮੈਂ ਸਮਝ ਸਕਦਾ ਕਿ ਤੇਰੇ ਲਈ ਕਿੰਨਾ ਦੁੱਖ ਆ। ਇਹ ਤੁਹਾਨੂੰ ਫੋਨ ਨਹੀਂ ਕਹੂਗਾ, ਚਾਹੇ ਤੁਸੀਂ 60 ਸਾਲ ਵੀ ਤੇਜ਼ੀ ਨਾਲ ਵੱਧ ਜੇ ਇਹ ਜਨਰੇਸ਼ਨ, ਪਰ ਜਿਹੜੇ ਸੁੱਖ ਤੁਹਾਨੂੰ ਇੱਕ ਇਨਸਾਨ ਦਾ ਰਿਸ਼ਤਾ ਦੇ ਸਕਦਾ, ਉਹ ਤੁਹਾਨੂੰ ਫੋਨ ਦਾ ਰਿਸ਼ਤਾ ਨਹੀਂ ਦੇ ਸਕਦਾ, ਰਾਈਟ? ਐਂਡ ਇੱਥੇ ਅਸੀਂ ਇਹੀ ਗੱਲ ਕਰਦੇ ਹਾਂ ਕਿ ਜਿਹੜਾ ਸਾਡਾ ਜੰਕ ਵੈਲਿਊ ਸਿਸਟਮ ਬਣ ਚੁੱਕਿਆ ਇਸ ਕਲਚਰ ਦਾ, ਉਹਨੂੰ ਅਸੀਂ ਥੋੜ੍ਹਾ ਰਿਫਲੈਕਟ ਕਰੀਏ ਵੀ ਉਹ ਕਿੱਥੇ ਕਿੱਥੇ ਸਾਡੇ ਲਈ ਬੁਰਾ ਵੀ ਮਹਿਸੂਸ ਕਰਵਾ ਰਿਹਾ। ਕਿਉਂਕਿ ਸਾਨੂੰ ਇਹ ਕੋਈ ਹਰ ਚੀਜ਼ ਛੇਤੀ ਹੋਵੇ, ਉਹਨੂੰ ਰਿਸ਼ਤੇ ਨਿਭ ਕਿਉਂ ਨਹੀਂ ਰਹੇਗੇ? ਛੇਤੀ ਹੋਣ, ਬਸ ਹਰ ਵੇਲੇ ਚੰਗੀ ਚੀਜ਼ ਮਿਲੀ ਜਾਵੇ ਰਿਸ਼ਤਿਆਂ 'ਚੋਂ, ਜਦੋਂ ਬੁਰੀ ਉਦੋਂ ਨੂੰ ਛੱਡ ਦਿਉ, ਰਾਈਟ? ਪਰ ਰਿਸ਼ਤਾ ਬਿਲਡ, ਰਿਸ਼ਤੇ ਦਾ ਇੱਕ ਸੰਜਮ ਕਰਨ ਲਈ ਉਹਨੂੰ ਵਕਤ ਚਾਹੀਦਾ ਵਾ ਰਿਸ਼ਤੇ ਨੂੰ। ਉਹਦੇ ਵਿੱਚ ਹਰ ਚੰਗੇ ਰਿਸ਼ਤੇ ਦੇ ਵਿੱਚ ਬੁਰੇ ਵਕਤ ਜ਼ਰੂਰ ਆਏ ਹੋਣਗੇ, ਜੀ ਜੀ ਆਉਂਦੇ ਵੀ ਆ, ਪਰ ਉਸ ਬੁਰੇ ਵਕਤ ਦੇ ਵਿੱਚ ਉਸ ਉਹਨਾਂ ਲੋਕਾਂ ਦਾ ਜਿਹੜਾ ਰਿਸ਼ਤਾ ਉਦੋਂ ਵੀ ਜ਼ਿਆਦਾ ਸਟਰੋਂਗ ਬਣਦਾ ਵਾ। ਅਤੇ ਪਰ ਅਸੀਂ ਬੁਰਾ ਵਕਤ ਦੇਖਣਾ ਨਹੀਂ ਚਾਹੁੰਦੇ ਅੱਜ। ਪਲਵਿੰਦਰ ਗਿੱਲ ਜੀ, ਅਖੀਰ ਦੇ ਵਿੱਚ ਸਾਨੂੰ ਇਹ ਜ਼ਰੂਰ ਦੱਸ ਕੇ ਜਾਓ ਕਿ ਇਸ ਸੀਜ਼ਨ ਦੇ ਵਿੱਚ ਜਿਹੜੇ ਲੋਕ ਇਕੱਲਤਾ ਤੋਂ ਟ੍ਰਿਗਰ ਹੋ ਕੇ ਉਦਾਸ ਹੋ ਜਾਂਦੇ ਨੇ, ਜਾਂ ਕਈਆਂ ਦਾ ਸੁਭਾਅ ਬਣਿਆ ਹੋਇਆ ਵੀ ਜਦੋਂ ਵੀ ਕੋਈ ਖੁਸ਼ੀ ਦੀ ਗੱਲ ਹੋਣੀ ਆ, ਵੈਸੇ ਉਹ ਠੀਕ ਹੁੰਦੇ ਆ, ਜੇ ਕਿਤੇ ਕੋਈ ਜਸ਼ਨ ਮਨਾਇਆ ਜਾ ਰਿਹਾ, ਕਿਤੇ ਉਹਨੂੰ ਪਾਰਟੀ 'ਤੇ ਲੈ ਜਾਓ, ਜਾਂ ਕੋਈ ਦੂਜਾ ਗਰੁੱਪ ਜਿਹੜਾ ਕੋਈ ਖੁਸ਼ ਆ, ਉਹਨਾਂ ਨੇ ਚੁੱਪ ਕਰਕੇ ਮੂੰਹ ਜਿਹਾ ਵੱਟ ਲੈਣਾ ਇੱਕ ਵਾਰੀ, ਇੱਕ ਬਿਮਾਰੀ ਹੈ। ਮਿਸਟਰ ਤਿੰਨ, ਦੇਖੋ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, ਡਿਪਰੈਸ਼ਨ ਜਾਂ ਸੈਡਨੈਸ ਜਾਂ ਕੋਈ ਵੀ ਇੱਕ ਮਾਨਸਿਕਤਾ ਤੁਹਾਨੂੰ ਜਦੋਂ ਅੰਦਰ ਉਹ ਚੀਜ਼ ਟ੍ਰਿਗਰ ਕਰਦੀ ਆ, ਦੇਖੋ ਇਹ ਬੜਾ ਜ਼ਰੂਰੀ ਹੈ ਕਿ ਆਪਾਂ ਆਪਦੀਆਂ ਸਰੀਰਕ ਯੂਨੋ ਜ਼ਰੂਰਤਾਂ ਵਾਸਤੇ ਕਾਮਯਾਬ ਹੋ ਚੁੱਕੇ ਹਾਂ, ਅਸੀਂ ਆਪਣੀਆਂ ਮਾਨਸਿਕ ਜ਼ਰੂਰਤਾਂ ਵਾਸਤੇ ਵੀ ਇੱਕ ਦੂਜੇ ਬਾਹਰ ਜਾਈਏ, ਆਪਦੀ ਮਾਨਸਿਕ ਜ਼ਰੂਰਤ ਵਾਸਤੇ ਵੀ ਉਹਨਾਂ ਨੂੰ ਵੀ ਪੂਰੀਆਂ ਕਰਨ ਦੀ ਕੋਸ਼ਿਸ਼ ਕਰੀਏ। ਇੱਕ ਤੁਸੀਂ ਬੱਚਾ ਵੀ ਪਾਲ ਰਹੇ ਹੋ, ਤੁਹਾਡਾ ਇਕੱਲਾ ਇਹ ਮਕਸਦ ਨਹੀਂ ਕਿ ਉਹਨੂੰ ਸਰੀਰਕ ਲੈਵਲ 'ਤੇ ਹਰ ਚੀਜ਼ ਮਿਲੇ, ਉਹਦੀ ਮਾਨਸਿਕ ਲੈਵਲ 'ਤੇ ਵੀ ਉਹਨੂੰ ਉਹਦੀਆਂ ਜ਼ਰੂਰਤਾਂ ਮਿਲਣ। ਜਿਵੇਂ ਤੁਸੀਂ ਕਿਹਾ ਗਾ, ਫੋਰ ਐਗਜ਼ਾਮਪਲ ਉਹਨਾਂ ਨੂੰ ਟ੍ਰਿਗਰ ਹੋ ਜਾਂਦਾ ਵਾ, ਦੇਖੋ ਹਰ ਇੱਕ ਜਿਹੜਾ ਤੁਹਾਡੇ ਅੰਦਰ ਟ੍ਰਿਗਰ ਆ ਨਾ, ਉਹ ਇੱਕ ਅਲਾਰਮ ਸਿਸਟਮ ਵਾਂਗੂ ਵੇਕਅਪ ਕਾਲ ਆ। ਜਿੰਨੇ ਵਾਰੀ ਬਟਨ ਦਬਾਈ ਜਾਓਗੇ, ਉੱਠਣਾ ਤੁਹਾਨੂੰ ਪੈਣਾ ਵਾ,
ਉੱਠਣਾ ਤਾਂ ਤੁਹਾਨੂੰ ਪੈਣਾ, ਜਿਵੇਂ ਆਪਾਂ ਵੀ ਕਈ ਵਾਰ ਅਲਾਰਮ ਲਾ ਲਏ 10-10 ਮਿੰਟ ਬਾਅਦ ਉਹਨੂੰ ਕਰੀ ਜਾਂਦੇ ਸਨੂਜ਼ ਕਿ 10-10 ਮਿੰਟ ਬਾਅਦ ਉੱਠਾਂਗੇ, ਪਰ ਅਖੀਰ ਨੂੰ ਉੱਠਣਾ ਪੈਂਦਾ, ਉਦੋਂ ਵੀ ਲੇਟ ਹੋ ਜਾਈਦਾ, ਉਦੋਂ ਵੀ ਕੰਮ ਜ਼ਿਆਦਾ ਚੀਜ਼ਾਂ ਨਾਲ ਡੀਲ ਕਰਨਾ ਪੈਂਦਾ, ਫਰਸਟ੍ਰੇਸ਼ਨ। ਇੱਦਾਂ ਹੀ ਤੁਹਾਡੀ ਜਿਹੜੀ ਹਰ ਮਾਨਸਿਕ ਟ੍ਰਿਗਰ, ਜਿਹੜੀ ਸੈਡਨੈਸ ਆ, ਜਿਹੜਾ ਡਿਪਰੈਸ਼ਨ ਆ, ਕੋਈ ਵੀ ਚੀਜ਼ ਆ, ਤੁਹਾਨੂੰ ਟ੍ਰਿਗਰ ਕਰਦੀ ਹੈ ਕਿ ਫੋਰ ਐਗਜ਼ਾਮਪਲ ਲੋਨਲੀਨੈਸ ਤੁਸੀਂ ਇਕੱਲੇ ਮਹਿਸੂਸ ਕਰਦੀ, ਉਹ ਟ੍ਰਿਗਰ ਕਰਦੀ ਕਿ ਤੇਰੇ ਲਈ ਰਿਸ਼ਤਾ, ਤੇਰੇ ਲਈ ਕਿਸੇ ਨਾਲ ਜੁੜਨਾ ਕਿੰਨਾ ਜ਼ਰੂਰੀ ਆ। ਉਹ ਇੱਕ ਅਲਾਰਮ ਸਿਸਟਮ ਆ ਵੀ ਇਹਨੂੰ ਬਟਨ ਇਹਦਾ ਨੱਪ ਕੇ ਖੜਾ ਹੋ ਅਤੇ ਇਹਨੂੰ ਫੇਸ ਕਰ, ਅਤੇ ਇਹਦੀ ਮਦਦ ਲੱਭ ਵੀ ਤੂੰ ਇਹਨੂੰ ਕਿੱਥੇ ਕਿੱਥੇ ਦੀ ਕੰਮ ਮਦਦ ਲੱਭ ਸਕਦਾ, ਚਾਹੇ ਇੱਕ ਕਾਊਂਸਲਰ ਕੋਲੇ ਜਾ, ਚਾਹੇ ਇੱਕ ਡਾਕਟਰ ਕੋਲੇ ਜਾ, ਚਾਹੇ ਇੱਕ ਆਪਦੇ ਰਿਸ਼ਤਿਆਂ ਦੇ ਵਿੱਚ ਬੈਠ ਕੇ ਹੀ ਦੱਸ ਲੋਕਾਂ ਨੂੰ ਵੀ ਮੈਂ ਇਕੱਲਾ ਇਕੱਲਾ ਮਹਿਸੂਸ ਕਰਦਾ, ਆਪਦੀਆਂ ਸੋਚਾਂ ਨੂੰ ਫਰੋਲ, ਹੈ ਨਾ। ਸੋ ਕਈ ਵਾਰ ਸੋਚ ਇੱਕ ਸਿੰਪਲ ਜਿਹੀ ਹੁੰਦੀ ਹੈ, ਫੋਰ ਐਗਜ਼ਾਮਪਲ ਯੂ ਨੋ ਇੱਕ ਮੇਰੇ ਕੋਲ ਕਲਾਇੰਟ ਆਏ, ਉਹ ਕਹਿੰਦੇ ਮੇਰੀ ਘਰ ਵਾਲੀ ਮੇਰੇ ਨੂੰ ਕਦੇ ਨਹੀਂ ਪਿਆਰ ਕਰਦੀ, ਜਮਾਂ ਨਹੀਂ ਪਿਆਰ ਕਰਦੀ, ਅਤੇ ਉਹਨਾਂ ਦੀ 10 ਸਾਲ ਦੀ ਮੈਰਿਜ ਆ। ਅਤੇ ਦੇਖੋ ਮੇਰੀ ਘਰ ਵਾਲੀ ਮੈਨੂੰ ਕਦੇ ਨਹੀਂ ਪਿਆਰ ਕਰਦੀ, ਇਹ ਤਾਂ ਬੜੀ ਸਟ੍ਰੈਸਫੁਲ ਚੀਜ਼ ਆ। ਜਿਹੜਾ ਬੰਦਾ ਇਹ ਸੋਚ ਨਾਲ ਬੈਠਾ ਵਾ ਉਹ ਬੜੇ ਬੋਝ ਥੱਲੇ ਬੈਠਾ, ਪਰ ਜੇ ਇਹ ਸੋਚੇ ਕਿ ਮੇਰੀ ਘਰ ਵਾਲੀ ਕਿਤੇ ਮੈਨੂੰ ਪਿਆਰ ਕਰਦੀ ਕਿਤੇ ਨਹੀਂ ਕਰਦੀ, ਹਾਲੇ ਉਹਨੇ ਇਹ ਨਹੀਂ ਕਿਹਾ ਮੇਰੀ ਘਰ ਵਾਲੀ ਕਿਸੇ ਹੋਰ ਨੂੰ ਪਿਆਰ ਕਰਦੀ। ਸੋ ਜੇ ਅਸੀਂ ਇਹ ਸੋਚੀਏ, ਚਲੋ ਫਿਰ ਤਾਂ ਉਹ ਇੱਕ ਸੈਪਰੇਟ ਆ, ਜਦੋਂ ਤੁਸੀਂ ਇੱਕ ਯੂ ਨੋ ਸਾਈਡ 'ਤੇ ਹੋਣਾ ਉਹ ਤਾਂ ਇੱਕ ਵੱਖਰੀ ਤਰ੍ਹਾਂ ਦੀ ਕਾਊਂਸਲਿੰਗ ਆ, ਪਰ ਇੱਕ ਜੇ ਤੁਸੀਂ ਵਾਪਸ ਹੀ ਉਸ ਰਿਸ਼ਤੇ ਦੇ ਵਿੱਚ ਉਸ 'ਚ ਰਹਿ ਵੀ ਰਹੇ ਹੋ, ਤੁਸੀਂ ਇਹ ਸੋਚ ਕਹਿਣ ਦੀ ਬਜਾਏ ਵੀ ਮੇਰੀ ਘਰ ਵਾਲੀ ਮੇਰਾ ਜਮਾਂ ਨਹੀਂ ਕਰਦੀ, ਇਹ ਕਹੋ ਕਿ ਕਈ ਥਾਵਾਂ 'ਤੇ ਮੇਰੀ ਘਰ ਵਾਲੀ ਮੇਰਾ ਸਾਥ ਦਿੰਦੀ ਆ, ਕਈ ਥਾਵਾਂ 'ਤੇ ਮੇਰੀ ਘਰ ਵਾਲੀ ਮੇਰਾ ਸਾਥ ਨਹੀਂ ਦਿੰਦੀ, ਇਹ ਤੁਹਾਡੇ ਦਿਮਾਗ ਲਈ ਉਦੋਂ ਜ਼ਿਆਦਾ ਸ਼ਾਂਤੀ ਭਰਪੂਰ ਆ, ਰਾਈਟ। ਐਂਡ ਫਿਰ ਉਸ ਲਈ ਤੁਸੀਂ ਮੂਮੈਂਟ ਵੀ ਲੱਭ ਸਕਦੇ ਹੋ, ਤੁਸੀਂ ਜਿਹੜੇ ਵੀ ਇਨਸਾਨ ਤੋਂ ਫਰਸਟ੍ਰੇਟਿਡ ਹੋ। ਨਹੀਂ ਉਹ ਸਾਥ ਦੀ ਗੱਲ ਨਹੀਂ ਸੀ ਕਰਦਾ, ਉਹ ਪਿਆਰ ਦੀ ਗੱਲ ਕਰਦਾ ਸੀ। ਜੀ ਹੋ ਸਕਦਾ ਉਹ ਸਾਥ ਦਿੰਦੀ ਹੋਵੇ ਪਰ ਪਿਆਰ ਨਾ ਕਰਦੀ ਹੋਵੇ। ਦੇਖੋ ਜਿਹੜੇ ਵੀ ਤਰੀਕੇ ਨਾਲ ਕੋਈ ਮੂਮੈਂਟਸ ਆਪਦੀ ਲਾਈਫ ਦੇ ਵਿੱਚ ਉਹਦੀ ਜ਼ਰੂਰ ਇੱਦਾਂ ਦੇ ਹੋਏ ਹੋਣਗੇ ਜਿੱਥੇ ਉਹਦੀ ਘਰ ਵਾਲੀ ਨੇ ਉਹਨੂੰ ਪਿਆਰ ਕੀਤਾ ਹੋਗਾ ਪਰ ਉਹ ਦੇਖ ਨਹੀਂ ਰਿਹਾ, ਰਾਈਟ। ਹੁਣ ਅੱਜ ਸਾਰੇ ਦਿਨ ਦੇ ਵਿੱਚ ਤੁਹਾਨੂੰ ਸਾਰਾ ਚੰਗਾ ਚੰਗਾ ਕਹੀ ਜਾਣ ਅਤੇ ਸ਼ਾਮ ਨੂੰ 6 ਵਜੇ ਕਿਸੇ ਨੇ ਤੁਹਾਨੂੰ ਫੋਨ ਕਰਕੇ ਕਹਿਤਾ ਕਿ ਨਹੀਂ ਇੰਨੇ ਵੀ ਨਹੀਂ ਚੰਗੇ ਤੁਸੀਂ, ਤਾਂ ਤੁਸੀਂ ਕਿਹਨੂੰ ਸੋਚਣਾ ਜ਼ਿਆਦਾ, ਉਹ 6 ਵਜੇ ਵਾਲੀ ਕਾਲ ਨੂੰ ਸੋਚਣਾ ਜ਼ਿਆਦਾ, ਦਿਮਾਗ ਨੇ ਉਸ ਚੀਜ਼ 'ਤੇ ਜ਼ਿਆਦਾ ਫੇਰੀ ਟੇਪ ਜ਼ਿਆਦਾ ਚਾੜਨੀ ਆ, ਪਰ ਜਿਹੜੇ ਉਹ ਸਾਰੇ ਕੋਮੈਂਟ ਦਿਨ ਦੇ ਤੁਹਾਨੂੰ ਮਿਲੇ ਜਿੱਥੇ ਚੰਗਾ ਲੋਕਾਂ ਨੇ ਕਿਹਾ ਤੁਹਾਡੀ ਤਾਰੀਫ ਕੀਤੀ ਉਹ ਤੁਹਾਨੂੰ ਭੁੱਲ ਗਿਆ। ਸੋ ਇੱਦਾਂ ਹੀ ਅਸੀਂ ਰਿਸ਼ਤਿਆਂ ਦੇ ਵਿੱਚ ਜਿਹੜੀਆਂ ਚੰਗੀਆਂ ਚੀਜ਼ਾਂ ਹੁੰਦੀਆਂ ਅਸੀਂ ਭੁੱਲਦੇ ਹਾਂ ਅਤੇ ਮਾੜੀਆਂ ਸਾਨੂੰ ਯਾਦ ਰਹਿੰਦੀਆਂ ਅਤੇ ਮਾੜੀਆਂ ਸਾਡੀ ਮਾਨਸਿਕ ਸਿਹਤ ਨੂੰ ਖੋਖਲਾ ਕਰਦੀਆਂ, ਚੰਗੀਆਂ ਯਾਦ ਰੱਖਾਂਗੇ। ਐਂਡ ਇੱਕ ਪ੍ਰੈਕਟਿਸ ਆ ਮਿਸਟਰ ਥਿੰਡ, ਇਹ ਸੌਖਾ ਨਹੀਂ ਹੈਗਾ, ਆਪਣੇ ਬੱਚੇ ਦੇ ਵਿੱਚ ਵੀ ਤੁਸੀਂ ਜੇ ਰੋਜ਼ 3 ਚੀਜ਼ਾਂ ਦੇਖਣ ਲੱਗ ਜਾਓ ਨਾ ਚੰਗੀਆਂ ਤੁਹਾਨੂੰ ਲੱਭਣਗੀਆਂ, ਕਿਹੜਾ ਵੀ ਤੁਸੀਂ। ਮੈਂ ਯੂ ਨੋ ਕਈ ਵਾਰ ਕਈ ਤਰ੍ਹਾਂ ਦੇ ਬੱਚਿਆਂ ਨੂੰ ਮਦਰਸ ਨੂੰ ਕਾਊਂਸਲ ਕੀਤਾ, ਹਜੇ ਤੱਕ ਮੈਂ ਇੱਦਾਂ ਨਹੀਂ ਇੱਦਾਂ ਆਇਆ ਕੋਈ ਬੱਚਾ ਜਿਹਦੇ 'ਚ ਅਸੀਂ 3 ਚੀਜ਼ਾਂ ਹੀ ਨਹੀਂ ਖਾਸ ਲੱਭ ਸਕੇ। ਅੱਛਾ, ਹਰ ਵਾਰੀ ਲੱਭ ਲੈਂਦੇ, ਅਸੀਂ ਵੇਖ ਨਹੀਂ ਰਹੇ ਹੁੰਦੇ। ਹੁਣ ਜੇ ਤੁਸੀਂ ਅੱਖਾਂ ਬੰਦ ਕਰ ਲਓਗੇ ਤਾਂ ਤੁਹਾਡੇ ਆਲੇ ਦੁਆਲੇ ਸਾਰੀ ਚੀਜ਼ ਪਈ ਆ, ਅਤੇ ਫਿਰ ਤਾਂ ਅਸੀਂ ਤੁਹਾਨੂੰ ਇਹੀ ਕਹਾਂਗੇ ਨਾ ਵੀ ਅੱਖਾਂ ਖੋਲ, ਚੀਜ਼ਾਂ ਤਾਂ ਤੇਰੇ ਕੋਲ ਹੀ ਆ। ਠੀਕ ਹੈ ਜੀ, ਅਤੇ ਜਿਹੜੀ ਇਸ ਮੌਸਮ ਦੇ ਵਿੱਚ ਲੋਕ ਰਹਿ ਰਹੇ ਨੇ ਇਸ ਸੀਜ਼ਨ ਦੇ ਵਿੱਚ, ਤੁਸੀਂ ਪਹਿਲਾਂ ਦੱਸਿਆ ਸੀ ਕਿ ਇੱਕ ਸਿੰਡਰਮ ਹੈ ਜਿਹੜਾ ਵੀ ਜਦੋਂ ਸੂਰਜ ਨਹੀਂ ਚੜ੍ਹਦਾ ਹਨੇਰਾ ਰਹਿੰਦਾ ਸਰਦੀ ਹੋ ਜਾਂਦੀ ਆ, ਤਾਂ ਉਹਦੇ ਲਈ ਕੀ ਇੰਸਟੈਂਟ ਟਿਪਸ ਕੀ ਹੈ ਤੁਹਾਡੇ ਕੋਲ? ਹਾਂਜੀ, ਪਹਿਲਾਂ ਤਾਂ ਜਿਵੇਂ ਤੁਸੀਂ ਕਿਹਾ ਹੋਲੀਡੇ ਸੀਜ਼ਨ ਆ, ਮੇਰਾ ਇੱਕ ਟਿਪ ਸਾਰਿਆਂ ਨੂੰ ਇਹ ਹੋਊਗਾ, ਐਂਡ ਮੈਂ ਆਪਦੇ ਨਾਲ ਵੀ ਸਟਰਗਲ ਕਰਦੀ, ਇੱਦਾਂ ਨਹੀਂ ਹੈਗਾ ਕਿ ਮੈਂ ਇਸ ਚੀਜ਼ ਨੂੰ ਪ੍ਰੋਪਰਲੀ ਕਰਤਾ, ਕਿ ਆਪਣਾ ਫੋਨ ਜੇ ਤੁਸੀਂ ਡਿਨਰ 'ਤੇ ਜਾਂਦੇ ਹੋ ਸਿਰਫ ਇੱਕ ਹੀ ਫੋਨ ਲੈ ਕੇ ਜਾਓ ਬਜਾਏ ਕਿ 4 ਫੋਨ ਚੱਕਣ ਦੇ, ਅਤੇ ਆਪਣੇ ਲੋਕਾਂ ਦੇ ਨਾਲ ਬੈਠੋ, ਉਹਨਾਂ ਦੀਆਂ ਜ਼ਿੰਦਗੀਆਂ ਬਾਰੇ ਸੁਣੋ, ਆਪਣੀ ਜ਼ਿੰਦਗੀ ਬਾਰੇ ਸੁਣੋ, ਬਿਕੋਜ਼ ਨੋਰਮਲੀ ਜਦੋਂ ਅਸੀਂ ਯੂ ਨੋ ਕਿਸੇ ਦੇ ਡਿਨਰ 'ਤੇ ਜਾਂਦੇ ਹਾਂ ਅਸੀਂ ਆਪਣੇ ਫੋਨਾਂ 'ਚ ਬਿਜ਼ੀ ਰਹਿੰਦੇ ਅਤੇ ਉਹ ਆਪਣੇ 'ਚ ਰਹਿੰਦੇ ਹਾਂ, ਅਤੇ ਅਸੀਂ ਕੋਈ ਵੀ ਮਾਨਸਿਕਤਾ ਆਪਦੀ ਨੀਂਦ ਪੂਰੀ ਨਹੀਂ ਕਰਕੇ ਆਉਂਦੇ ਉੱਥੇ। ਸੋ ਇਹ ਇੱਕ ਓਪਰਚੁਨਿਟੀ ਮੰਨੋ ਵੀ ਮੈਂ ਆਪਣਾ ਫੋਨ, ਅੱਗੇ ਵੀ ਮੈਂ ਕਈ ਵਾਰ ਸੋਚਿਆ ਕਿ ਫੋਨ ਘਰੇ ਛੱਡ ਕੇ ਜਾਂਦਾ, ਫਿਰ ਸੋਚਦੇ ਵੀ ਕੰਮ ਬਹੁਤ ਹੁੰਦੇ ਆ, ਕੋਈ ਕਾਲ ਕਰ ਲੈ ਫਿਰ, ਪਰ ਫਿਰ ਸੋਚੀਦਾ ਵੀ ਪਹਿਲਾਂ 10 ਸਾਲ ਪਹਿਲਾਂ ਨਹੀਂ ਸੀ ਫੋਨ ਹੁੰਦੇ, ਉਦੋਂ ਵੀ ਕੰਮ ਹੁੰਦੇ ਸੀਗੇ, ਰਾਈਟ। ਸੋ ਜੇ ਤੁਸੀਂ ਡਿਨਰ 'ਤੇ ਜਾ ਰਹੇ ਹੋ ਇੱਕ ਫੋਨ ਲੈ ਜਾਓ ਆਪਦਾ, ਬਿਕੋਜ਼ ਤੁਸੀਂ ਆਪਦੀ ਕੋਈ ਐਮਰਜੈਂਸੀ ਵਗੈਰਾ ਪੈ ਜਾਂਦੀ ਆ, ਪਰ ਵੱਧ ਤੋਂ ਵੱਧ ਕੋਸ਼ਿਸ਼ ਕਰੋ ਕਿ ਇੱਕ ਯੂ ਨੋ ਜੇ ਤੁਸੀਂ ਡਿਨਰ ਕਿਸੇ ਨੂੰ ਹੋਸਟ ਵੀ ਕਰ ਰਹੇ ਹੋ ਟੀਵੀ ਬੰਦ ਰੱਖੋ, ਵਾਈਫਾਈ ਕਹਿ ਦਿਓ ਕਿ ਅੱਜ ਸ਼ਾਇਦ ਉਹ ਲੜ ਪੈਣ ਤੁਹਾਡੇ ਨਾਲ ਆ ਕੇ, ਪਰ ਕਹਿ ਦਿਓ ਵੀ ਵਾਈਫਾਈ ਅਸੀਂ ਨਹੀਂ ਔਨ ਕੀਤਾ, ਸਾਡਾ ਇੱਕ ਯੂ ਨੋ ਹੋਲੀਡੇ ਦਾ ਇਹ ਹੈ ਕਿ ਅਸੀਂ ਬੈਠ ਕੇ ਗੱਲਾਂ ਕਰਨੀਆਂ ਇੱਕ ਦੂਜੇ ਨਾਲ, ਬਿਕੋਜ਼ ਲੋਕ ਮਜਬੂਰ ਹੋ ਜਾਣਗੇ ਇੱਕ ਦੂਜੇ ਨਾਲ ਗੱਲਾਂ ਕਰਨ 'ਤੇ, ਹੈ ਨਾ। ਸੋ ਇਹ ਇੱਕ ਬੜਾ ਵੱਡਾ ਚੀਜ਼ ਹੈ ਕਿ ਆਪਣੇ ਆਪਾਂ ਇੱਕ ਕਲਚਰ ਦੇ ਵਿੱਚ ਅਪਣਾ ਕਰੀਏ, ਯੂ ਨੋ ਜਿੱਥੇ ਵੀ ਥੋੜ੍ਹੇ ਐਂਡ ਇੱਕ ਲੋਕਾਂ ਨੂੰ ਮੈਂ ਆਪਦੇ ਵਿੱਚ ਕਈ ਗਰੁੱਪ ਦੇ ਵਿੱਚ ਯੂ ਨੋ ਮੈਂ ਕਹਿੰਦੀ ਹਾਂ ਕਿ ਜਦੋਂ ਮੈਂ ਫੋਨ ਯੂਜ਼ ਕਰਦੀ ਮੈਨੂੰ ਕੋਈ ਕਿਹਾ ਕਰੇ ਵੀ ਨਹੀਂ ਕਰਨਾ,
ਵੀ ਤੂੰ ਕਾਉਂਸਲਰ ਜਾਂ ਕੁਛ ਇੱਦਾਂ ਦਾ ਕਹਿ ਦੇਵੇ ਅਤੇ ਫਿਰ ਮੈਂ ਹਟ ਜਾਂਦੀ ਹਾਂ। ਸੋ ਇੱਦਾਂ ਦੇ ਰਿਮਾਈਂਡਰ ਕਈ ਵਾਰ ਆਪਾਂ ਨੂੰ ਚਾਹੀਦੇ ਆ, ਬਿਕੋਜ਼ ਅਸੀਂ ਰੋਜ਼ ਨਾਤੇ ਦੀ ਜ਼ਿੰਦਗੀ ਵਿੱਚ ਉੱਦਾਂ ਹੋ ਜਾਂਦੇ ਹਾਂ। ਸੋ ਘੱਟ ਤੋਂ ਘੱਟ ਟਾਈਮ ਆਪਦਾ ਫੋਨ ਨਾਲ ਅਤੇ ਵੱਧ ਤੋਂ ਵੱਧ ਟਾਈਮ ਲੋਕਾਂ ਨਾਲ ਸਪੈਂਡ ਕਰੋ, ਉਹਨਾਂ ਨੂੰ ਸੁਣੋ ਅਤੇ ਆਪਦੀ ਸੁਣਾਓ। ਬੜੀ ਮਿਹਰਬਾਨੀ ਜੀ ਤੁਹਾਡੀ। ਤੁਹਾਡੀ ਈਮੇਲ ਤੁਸੀਂ ਦੇ ਸਕਦੇ ਹੋ? ਹਾਂਜੀ ਮਿਸਟਰ ਤਿੰਨ, ਮੈਂ ਜਿਵੇਂ ਪਹਿਲਾਂ ਵੀ ਕਹਿੰਦੀ ਹੁੰਦੀ ਹਾਂ ਕਿ ਮੇਰਾ ਪਲਵਿੰਦਰ ਗਿੱਲ ਪੇਜ ਆ ਫੇਸਬੁੱਕ 'ਤੇ, ਤੁਸੀਂ ਸਾਰੇ ਫੋਲੋ ਕਰ ਸਕਦੇ ਹੋ। PALWINDER ਗਿੱਲ ਪੇਜ ਫੇਸਬੁੱਕ 'ਤੇ ਕਰ ਸਕਦੇ ਹੋ। ਅਸੀਂ ਯੂਟਿਊਬ 'ਤੇ ਵੀ ਵੀਡੀਓਜ਼ ਪਾਈ ਦੀਆਂ ਪਲਵਿੰਦਰ ਗਿੱਲ ਦੇ ਨਾਂ 'ਤੇ, ਤੁਸੀਂ ਉਹ ਵੀਡੀਓਜ਼ ਵੇਖ ਸਕਦੇ ਹੋ। ਐਂਡ ਜਿਵੇਂ ਮੈਂ ਅੱਗੇ ਵੀ ਕਹਿੰਦੀ ਹਾਂ, ਬਸ ਕੋਂਸਟੈਂਟਲੀ ਇੱਕ ਜੰਗ ਆ ਸਾਡੇ ਸਾਰਿਆਂ ਲਈ, ਯਾਦ ਕਰਾਉਣਾ ਆਪਣੇ ਆਪ 'ਤੇ, ਦਿਮਾਗ ਨੂੰ ਦੁਬਾਰਾ ਦੁਬਾਰਾ ਕਿ ਸਾਡੀਆਂ ਜ਼ਰੂਰਤਾਂ ਕੀ ਆ, ਸਾਡੀਆਂ ਮਾਨਸਿਕ ਜ਼ਰੂਰਤਾਂ ਕੀ ਆ। Thank you, Mr. Palwinder Gill ji, bahut meherbani. Thank you. Number one South Asian radio station, 89.1 and 93.1 Red FM.